ਸਾਸੀ ਕਾਲ ਜੀ ਸੀ 5 ਪੰਥ ਕਾਲਸਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਚਰਨਜੀਤ ਸਿੰਘ ਤੇ ਮੇਰੇ ਨਾਲ ਸਿੱਖ ਰਾਜਨੀਤੀ ਦਾ ਪਵਿੱਖ ਜਾਣਨ ਵਾਲੇ ਮੈਂ ਅੱਜ ਸਰਦਾਰ ਸਾਹਿਬ ਇੱਕ ਗੱਲ ਕਹਿ ਰਿਹਾ ਪਵਿੱਖ ਵਿਖਤਾ ਹੋ ਤੁਸੀਂ ਪਵਿੱਖ ਜਾਣਨ ਵਾਲੇ ਸਰਦਾਰ ਰਤਿੰਦਰਪਾਲ ਸਿੰਘ ਜੀ ਸਰਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਦਾਰ ਸਾਹਿਬ ਇੱਕ ਕੱਲ ਪੁੱਛਣੀ ਚਾਹਨਾ ਤੁਹਾਡੇ ਕੋਲੋਂ ਤੁਹਾਡੀ ਵਿਦਿਅਕ ਯੋਗਤਾ ਦੇ ਵਿੱਚ ਜੋਤਿਸ਼ ਦੀ ਪੜ੍ਹਾਈ ਵੀ ਸ਼ਾਮਲ ਨਹੀਂ ਜੀ ਮੈਂ ਜੋਤਿਸ਼ ਦੀ ਪੜ੍ਹਾਈ ਨਹੀਂ ਕੀਤੀ ਮੈਂ ਤਾਂ ਵਿਵੇਕ ਦੀ ਪੜ੍ਹਾਈ ਕੀਤੀ ਹੈ ਜੀ ਵਿਦਿਅਕ ਯੋਗਤਾ ਵੀ ਮੈਂ ਕੋਈ ਚਾਜ ਨਾਲ ਨਹੀਂ ਪੜੀ ਆਵੇਂ ਤੁਹਾਨੂੰ ਕਹਾਂ ਦਰਸ਼ਕਾਂ ਨੂੰ ਮੈਂ ਗਲਤ ਬਿਆਨ ਨਹੀਂ ਕਰ ਸਕਦਾ ਪਰ ਵਿਵੇਕਤਾ ਔਰ ਚੇਤਨਤਾ ਦੀ ਵਿਦਿਆ ਮੈਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਜ਼ਰੂਰ ਲਈ ਹੈ ਜੀ ਨਹੀਂ ਪਰ ਜਿਹੜੀ ਕੱਲ ਤੁਸੀਂ ਇੱਕ ਭਵਿੱਖਬਾਣੀ ਕੀਤੀ ਸੀ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੀ ਅਕਾਲ ਤਖਤ ਸਾਹਿਬ ਤੇ ਚਿੱਠੀ ਦਿੱਤੀ ਉਹ ਚਿੱਠੀ ਜਿਹੜੀ ਹੈ ਉਹ ਸੁਰੱਖਿਅਤ ਰਹੇਗੀ ਜਥੇਦਾਰ ਸਾਹਿਬ ਕੋਲ ਕਿਹੜੀ ਇਹੋ ਜੀ ਤਜੋਰੀ ਹੈ ਜਿਹਦੇ ਚੋਂ ਚਿੱਠੀ ਰੱਖੀ ਜਾਏਗੀ ਔਰ ਉਹ ਚਿੱਠੀ ਜਨਤਕ ਨਹੀਂ ਹੋਏਗੀ ਜਦੋਂ ਅਸੀਂ ਕੱਲ ਇਹ ਗੱਲਾਂ ਕਰ ਰਹੇ ਸਾਂ ਤਾਂ ਇੱਕ ਨਿੱਜੀ ਚੈਨਲ ਨੇ ਇਹ ਦਾਵਾ ਕੀਤਾ ਹੈ ਕਿ ਜਿਹੜੀ ਚਿੱਠੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਤੇ ਦਿੱਤੀ ਹੈ ਉਹ ਚਿੱਠੀ ਉਸ ਚੈਨਲ ਕੋਲ ਮੌਜੂਦ ਹੈ ਔਰ ਉਹਨਾਂ ਨੇ ਦੱਸਿਆ ਕਿ ਇਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆ ਆ ਜਵਾਬ ਦਿੱਤੇ ਨੇ। ਹਮੇਸ਼ਾ ਕਿ ਤੁਹਾਨੂੰ ਪੁੱਛਿਆ ਕਿ ਤੁਸੀਂ ਭਵਿੱਖ ਦੀ ਵੀ ਪੜ੍ਹਾਈ ਕੀਤੀ ਜੋਤਿਸ਼ ਦੀ ਪੜ੍ਹਾਈ ਕੀਤੀ ਹੈ ਤਾਂ ਕਿ ਜਿਹੜੀ ਤੁਸੀਂ ਕੱਲ ਤੋਖਲਾ ਪ੍ਰਗਟ ਕੀਤਾ ਸੀ ਅੱਜ ਉਹ ਸੱਚ ਸਾਹਮਣੇ ਆਂਦਾ ਪਿਆ ਕੀ ਕਹਿਣਾ ਚਾਹੁੰਦੇ ਆਂ? ਸਰਦਾਰ ਚਰਨਜੀਤ ਸਿੰਘ ਜੀ ਸਿੱਖ ਸੰਘਰਸ਼ੀ ਚ ਪੂਰਾ ਜੀਵਨ ਲੱਗ ਗਿਆ। ਅਕਾਲੀਆਂ ਨੂੰ ਬੜੇ ਨਜ਼ਦੀਕਤਾ ਤੋਂ ਸਮਝਿਆ। ਜੱਥੇਦਾਰਾਂ ਨੂੰ ਹੀ ਬੜੀ ਨਜ਼ਦੀਕਤਾ ਤੋਂ ਸਮਝਿਆ ਐਸ ਸਮਝ ਵਿੱਚੋਂ ਜਿਹੜੀ ਚੇਤਨਾ ਗੁਰੂ ਗ੍ਰੰਥ ਸਾਹਿਬ ਜੀ ਦੇਂਦੇ ਨੇ ਉਸ ਚੇਤਨਾ ਦੇ ਪ੍ਰਵਾਹ ਵਿੱਚੋਂ ਵਿਵੇਕ ਦੇ ਕੁਝ ਨਿਰਣਾ ਹੁੰਦੇ ਨੇ ਜਿਹੜੇ ਬੜੇ ਸਪਸ਼ਟ ਹੋ ਜਾਂਦੇ ਨੇ ਕੱਲ ਮੈਂ ਤੁਹਾਨੂੰ ਐਸੇ ਲਈ ਕਿਹਾ ਸੀ ਕਿ ਭਈ ਬੜੀ ਵੱਡੀ ਸਾਜ਼ਿਸ਼ ਹੈ ਤੇ ਹੋਰ ਵੱਡੀ ਸਾਜ਼ਿਸ਼ ਦੇ ਆਦੀਨ ਚਿੱਠੀ ਨਹੀਂ ਖੋਲ੍ਹੀ ਗਈ ਮੈਂ ਤੁਹਾਨੂੰ ਕੱਲ ਅਹੀ ਗੱਲ ਕਹੀ ਸੀ ਉਹ ਸਾਜ਼ਿਸ਼ ਕਾਲੀ ਨੰਗੀ ਹੋ ਗਈ ਰਾਤ ਨੂੰ ਨੰਗੀ ਹੋ ਗਈ ਸਾਰੀ ਸਾਜ਼ਿਸ਼ ਪਹਿਲੀ ਗੱਲ ਆ ਕਿ ਚਿੱਠੀ ਉਹਨਾਂ ਨੇ ਬੰਦ ਲਿਫਾਫਾ ਲਿਆ ਉਹ ਬੰਦ ਲਿਫਾਫਾ ਸੀਲ ਬੰਦ ਨਹੀਂ ਸੀ ਉਹ ਫੋਟੋ ਦੱਸ ਰਹੀ ਹੈ ਮੈਂ ਤੋਖਲਾ ਹੀ ਪ੍ਰਗਟ ਕੀਤਾ ਸੀ ਕਿ ਜਿਹੜਾ ਲਿਫਾਫਾ ਸੀਲ ਬੰਦ ਨਹੀਂ ਹੈ ਉਹ ਫਿਰ ਤਾਂ ਲਮੇਰਾ ਪਾਇਆ ਜਾ ਰਿਹਾ ਵੀ ਜਥੇਦਾਰਾਂ ਸਾਹਮਣੇ ਤੇ ਆਪਣੇ ਵਰਲਡ ਟੂਰ ਤੇ ਚਲੇ ਜਾਣਾ ਵਿਦੇਸ਼ ਯਾਤਰਾ ਤੇ ਚਲੇ ਜਾਣਾ ਉਹ ਦੇਖੋ ਕੀ ਕੀ ਸਿੱਖ ਕਹਿੰਦੇ ਨੇ ਜਾਂ ਸਿੱਖਾਇਚ ਕੀ ਧੋਖਲੇ ਹੁੰਦੇ ਨੇ ਉਹ ਚਿੱਠੀ ਨੂੰ ਆਪਾਂ ਬਦਲ ਲਾਂਗੇ ਬਾਅਦ ਵਿੱਚ ਮੈਂ ਇਹ ਧੋਖਲਾ ਤੁਹਾਨੂੰ ਕੱਲ ਕਿਹਾ ਸੀ ਤੇ ਨਾਲ ਮੈਂ ਇਹ ਵੀ ਕਿਹਾ ਸੀ ਵੀ ਚਿੱਠੀ ਜਦੋਂ ਜੱਥੇਦਾਰ ਸਾਹਮਣੇ ਲਈ ਅਦਾਲਤ ਅਗਰ ਕੋਈ ਇਹ ਡਾਕੂਮੈਂਟ ਲਾਂਦਾ ਜਿਵੇਂ ਇਹ ਆ ਕਿਹਾ ਜਾਂਦਾ ਹਾਈ ਕੋਰਟ ਵਿੱਚ ਵੀ ਜਾਂ ਲੋਅਰ ਕੋਰਟ ਵਿੱਚ ਵੀ ਤੁਸੀਂ सील ਬੰਦ ਲਿਫਾਫੇ ਵਿੱਚ ਆਪਣੇ ਬਿਆਨ ਦਰਜ ਦੇ ਕੇ ਕਰਕੇ ਜਾਓ ਤੇ ਉਹ ਸੀਲ ਬੰਦ ਲਿਫਾਫਾ ਪ੍ਰੋਪਰਲੀ ਸੀਲ ਬੰਦ ਕੀਤਾ ਜਾਂਦਾ ਸਾਰੀਆਂ ਧਿਰਾਂ ਦੇ ਉੱਤੇ ਉਸ ਤੇ ਲਾਖ ਨਾਲ ਮੋਹਰ ਲੱਗਦੀ ਹੈ ਉਹਨਾਂ ਦੇ ਦਸਤਖਤ ਹੁੰਦੇ ਨੇ ਧਾਗੇ ਨਾਲ ਚਾਰੋਂ ਪਾਸੇ ਤੋਂ ਬੰਨ੍ਹਿਆ ਜਾਂਦਾ ਸੀਲ ਕੀਤਾ ਜਾਂਦਾ ਤੇ ਉਹ ਸੀਲ ਦਾ ਪੰਚਨਾਮਾ ਵੀ ਬੰਦਾ ਜਥੇਦਾਰ ਸਾਹਮਣੇ ਤੇ ਐਸਾ ਕੁਝ ਵੀ ਨਹੀਂ ਕੀਤਾ ਤੀਸਰਾ ਮੇਰਾ ਵੱਡਾ ਧੋਖਲਾ ਸੀ ਕਿ ਜਦ ਪੰਥ ਸਿੰਘ ਸਾਹਿਬਾਨਾ ਨੇ ਤਲਬ ਕੀਤਾ ਤੇ ਇਕੱਲੇ ਗਿਆਨੀ ਰਗਵੀਰ ਸਿੰਘ ਜੀ ਕਿਵੇਂ ਸੁਣਵਾਈ ਕਰ ਸਕਦੇ ਨੇ ਸਿੱਖ ਸੰਤਨ ਨੂੰ ਆ ਚੀਜ਼ਾਂ ਸੋਚਣੀਆਂ ਚਾਹੀਦੀਆਂ ਨੇ ਅਸੀਂ ਤਾਂ ਵਿਵੇਕੀਚੋਂ ਸਿੱਖ ਸੰਗਤ ਨੂੰ آگਾਹ ਕਰਦੇ ਆ ਅਗਾਹੂ ਸੂਚਨਾਵਾਂ ਦਿੰਦੇ ਆ ਸਾਪ ਨਿਕਲ ਜਾਣ ਤੋਂ ਬਾਅਦ ਲੀਕ ਨਹੀਂ ਪਿੱਟਦੇ ਬਾਕੀਆਂ ਆਕਣ ਅਸੀਂ ਕੋਈ ਚੈਨਲ ਪੈਸੇ ਕਮਾਉਣ ਵਾਸਤੇ ਨਹੀਂ ਅਸੀਂ ਤਾਂ ਪੈਸੇ ਲਾ ਕੇ ਅਗਾਹ ਕਰਨ ਵਾਸਤੇ ਕੌਮ ਨੂੰ ਜਾਗਦੇ ਰਹਿਉ ਦਾ ਹੌਕਾ ਦੇਣ ਵਾਸਤੇ ਕਰ ਰਹੇ ਹਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹਨਾ ਹਾਂ ਅਗਲੇ ਜਵਾਬ ਤੋਂ ਪਹਿਲਾਂ ਮੇਰੇ ਦਿਮਾਗ ਵਿੱਚ ਆਈ ਮੇਰਾ ਚੋਣ ਨਿਸ਼ਾਨ ਨਿਸ਼ਾਨ ਸੀ ਜੰਦਾ ਖੁੰਜੀ ਮੈਂ ਲੋਕਾਂ ਨੂੰ ਕਿਹਾ ਸੀ ਕਿ ਇਹ ਜੰਦਾ ਜਲਾ ਲੱਗਾ ਹੋਇਆ ਸਿੱਖਾਂ ਦੇ ਹੱਕਾਂ ਤੇ ਲੱਗਾ ਹੋਇਆ ਵੋਟ ਤੁਹਾਡੇ ਕੋਲ ਪੁੰਜੀ ਆ ਤੁਸੀਂ ਖੋਲੋਗੇ ਤਿਹਾਕ ਲੋਕ ਸਭਾ ਹੀ ਜਾ ਕੇ ਗੁੰਜਾਂਗੇ ਮੈ ਉਹ ਗੁੰਝਾ ਕੇ ਦਿਖਾਇਆ ਅੱਜ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਦੇਖੋ ਤੁਸੀਂ ਜੰਦੇ ਵਿੱਚੋਂ ਮੈਨੂੰ ਮੈਨੂੰ ਕੱਢਿਆ ਚੁੰਜੀ ਲਾ ਕੇ ਪਰ ਮੈਂ ਤੁਹਾਨੂੰ ਹੱਕ ਦਵਾਏ ਤੁਸੀਂ ਐਨੇ ਵੇਸਲੇ ਹੋ ਗਏ ਕਿ ਉਸ ਜੰਦੇ ਤੇ ਫੇਰ ਉਹਨਾਂ ਜੰਗਾਲ ਲੱਗ ਗਿਆ ਜੰਗਾਲ ਲੱਗਣ ਤੋਂ ਬਾਅਦ ਵੀ ਚਾਬੀ ਤੁਹਾਡੇ ਹੱਥ ਵਿੱਚ ਹੀ ਰਹਗੀ ਜੇ ਤੇ ਜੰਦਰਾ ਬੋਲਦਾ ਪਿਆ ਪੜੇ ਮਾਨਸੋ ਮੈਨੂੰ ਫੋਲੋ ਦੇਖੋ ਮੈਂ ਤਾਂ ਆਪਣੇ ਜੰਗਾਲ ਲੋਹੇ ਵਿੱਚੋਂ ਵੀ ਜੀਵਨ ਪ੍ਰਗਟ ਕਰ ਦਿੱਤਾ ਮੈਂ ਤੁਹਾਨੂੰ ਇੱਕ ਫੋਟੋ ਦਿਖਾਉਂਦਾ ਜੰਦਰੇ ਦੀ ਇਹ ਜੰਦਰੇ ਬੋਲਦਾ ਰਹੇਗਾ ਅਤਿੰਦਰਪਾਲ ਸਿੰਘ ਜੰਦਰੇ ਬੋਲਦਾ ਰਹੇਗਾ ਕੁੰਜੀ ਲੋਕਾਂ ਨੇ ਲਾਣੀ ਆ ਫੋਟੋ ਹੈ ਕਿ ਜੰਦਰੇ ਦੀ ਜਿੱਥੇ ਕੁੰਜੀ ਲਾਈ ਦੀ ਹੈ ਜਿੰਦੇ ਦੀ ਉਹਦੇ ਵਿੱਚੋਂ ਦੇਖੋ ਬੂਟਾ ਉੱਗ ਪਿਆ ਹਰ ਹਰਿਆਵਲ ਆਗੇ ਉਹ ਕਹਿੰਦਾ ਮੈਂ ਹਰ ਹਰਿਆਵਲ ਦੇਣਾ ਚਾਹੁੰਦਾ ਭਈ ਲੈ ਤਾਂ ਲਓ ਪਰ ਲੋਕੀ ਜੇ ਆਪਣੀ ਜਬਾਨ ਔਰ ਆਪਣਾ ਵਿਵੇਕ ਨਹੀਂ ਖੋਲਦੇ ਤਾਂ ਦੱਸੋ ਮੇਰੇ ਵਰਗਾ ਹਰਕਾਰਾ ਤੁਹਾਡੇ ਵਰਗਾ ਪੱਤਰਕਾਰ ਕੀ ਕਰ ਸਕਦਾ ਕੁਝ ਵੀ ਨਹੀਂ ਕਰ ਸਕਦਾ ਤੇ ਅਸੀਂ ਇਹ ਚੀਜ਼ ਨੂੰ ਪ੍ਰਗਟ ਕੀਤਾ ਸੀ ਕਿ ਜਥੇਦਾਰ ਸਾਹਿਬ ਨੇ ਇਕੱਲੇ ਲੈ ਕੇ ਗਲਤੀ ਕੀਤੀ ਹੈ ਤੀਸਰੀ ਚੀਜ਼ ਆ گاਉਂ ਪਾ ਕੇ ਗਲਤੀ ਕੀਤੀ ਹੈ ਚੌਥੀ ਚੀਜ਼ ਜੇ ਸਪਸ਼ਟਿਕਰਨ ਨਾ ਨਾ ਤੇ ਪਬਲੀਕਲੀ ਲੈਣਾ ਚਾਹੀਦਾ ਸੀ ਸੀਲ ਬੰਦ ਲਾ ਕੇ ਐਸਜੀਪੀਸੀ ਤੋਂ ਵੀ ਤੇ ਅਕਾਲੀ ਦਲ ਤੋਂ ਵੀ ਉਹ ਵੱਡੀ ਗਲਤੀ ਕੀਤੀ ਹੈ ਜਿਹੜੀ ਵੱਡੀ ਸਾਜਿਸ਼ ਦੀ ਕਲੀ ਬਣ ਜਾਂਦੀ ਹੈ ਤੇ ਉਹ ਸਾਜਿਸ਼ ਵੀ ਵੱਡੀ ਉਹ ਸਵਿਚੋਂ ਵੀ ਸਾਜਿਸ਼ ਨਿਕਲ ਆਉਂਦੀ ਹੈ ਤੇ ਉਹ ਸਾਜਿਸ਼ਾ ਨਿਕਲ ਆ ਗਿਆ ਨੇ ਹੁਣ ਇੰਨਾ ਗੱਲਾਂ ਲਈ ਜਥੇਦਾਰ ਸਾਫ ਕੋਲ ਕੋਈ ਜਵਾਬ ਨਹੀਂ ਹੈਗਾ ਮੈਂ ਤਾਂ ਹੀ ਕੱਲ ਕਿਹਾ ਕਹਿੰਦਾ ਕਿਹਾ ਸੀ ਤੇ ਹੁਣ ਫਿਰ ਕਹਿੰਦਾ ਕਿ ਜੱਥੇਦਾਰ ਸਾਹਿਬ ਨੇ ਪਰਿਵਾਰਵਾਦ ਦੀ ਪੁਜਾਰੀਵਾਦ ਦਾ ਸੰਕਲਪ ਪਾਲ ਲਿਆ ਜਿਹੜਾ ਬੜਾ ਖਤਰਨਾਕ ਸੀ ਉਹ ਤੁਰ ਜੱਥੇਦਾਰ ਨਹੀਂ ਇਹ ਪੇਛਾ ਹੀ ਕੱਲ ਕਦੇ ਵੀ ਕਿਸੇ ਅਦਾਲਤ 'ਚ ਹੁੰਦਾ ਕਿ ਦੋਸ਼ੀ ਦੀ ਸੂਚਨਾ ਲਈ ਜਾਏ ਜਾਂ ਦੋਸ਼ੀ ਆ ਗਿਆ ਤੇ ਜੱਥੇਦਾਰ ਆ ਕੇ ਪਹਿਲਾਂ ਬਹਿ ਜਾਏ ਕਿ ਜੀ ਹੁਣ ਮੈਂ ਉਹਦੀ ਸੁਣਵਾਈ ਕਰਨੀ ਹੈ ਦੋਸ਼ੀ ਪਹਿਲਾਂ ਬਾਇਆ ਜਾਂਦਾ ਅਦਾਲਤ ਬਾਦ ਵਿੱਚ ਲੱਗਦੀ ਹੈ ਇੱਥੇ ਤਾਂ ਅਦਾਲਤ ਪਹੁੰਚ ਲੱਗੀ ਹੈ ਦੋਸ਼ੀ ਦਾ ਸਵਾਗਤ ਨਹੀਂ ਬਸ ਕਿਹੜੀ ਕਿਹੜੀ ਗੱਲ ਦਾ ਅਸੀਂ ਉਹ ਵਿਸਥਾਰ ਕਰੀਏ ਲੋਕਾਂ ਨੂੰ ਸਮਝਣਾ ਚਾਹੀਦੀ ਆ ਮੈਂ ਕੱਲ ਸਾਰੀਆਂ ਗੱਲਾਂ ਬਈ ਆ ਤੇ ਇੱਕ ਇੱਥੇ ਇੱਕ ਹੋਰ ਗੱਲ ਦਾ ਵੀ ਵਿਸਥਾਰ ਹੋਣਾ ਚਾਹੀਦਾ ਕਿ ਆਖਰਕਾਰ ਉਹ ਚਿੱਠੀ ਬਾਹਰ ਆਈ ਕਿਵੇਂ ਮੈਂ ਉਸੇ ਗੱਲ ਵਾਲਾ ਹੈ ਤਾਂ ਤੱਕ ਸਤਰ ਇਹੋ ਜੀ ਕਿਹੜੀ ਤਾਕਤ ਸੀ ਜਿਨੇ ਉਸ ਚਿੱਠੀ ਨੂੰ ਬਾਹਰ ਕੱਢਿਆ ਇਕ ਨਿੱਜੀ ਚੈਨਲ ਤੱਕ ਪਹੁੰਚਾਇਆ ਆਖਰਕਾਰ ਉਹ ਕੌਣ ਲੋਕ ਸੀ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਜੀ ਹੁਣ ਦੇਖੋ ਜੇ ਤੇ ਗਿਆਨੀ ਰਕबीर ਸਿੰਘ ਜੀ ਵਿਦੇਸ਼ ਭਲਾਈਨ ਕਰ ਜਾਂਦੇ ਪਰ ਚਿੱਠੀ ਬਾਅਦ ਵਿੱਚ ਆਂਦੀ ਸਾਹਮਣੇ ਤਾਂ ਤਾਂ ਸਖਤਰੇਤ ਨੂੰ ਦੋਸ਼ ਦਿੱਤਾ ਜਾ ਸਕਦਾ ਸੀ ਮੁਲਾਜ਼ਮਾਂ ਨੂੰ ਜੀ ਬਿਲਕੁਲ ਦਿੱਤਾ ਜਾ ਸਕਦਾ ਸੀ ਹੁਣ ਖੁਦ ਕਟਾਰੇ ਛਾੜੇ ਹੋ ਗਏ ਨੇ ਉਹਨਾਂ ਦੇ ਭਾਰਤ ਵਿੱਚ ਹੁੰਦੇ ਹੋਏ چٹھی نشر ہو گئی یہاں چٹھی ਦਾ ਇੱਕ 파ਟ نشر ਹੋ ਗਿਆ اس چینل نے دعویٰ ਕੀਤਾ ਉਸ ਦੀ دو چٹھیاں ایک چٹھی ਉਹਨੇ پڑھ کے سنا دیتی ہے ਹੁਣ ਉਸ چینل ਤੱਕ ਉਹ ਚਿੱਠੀ ਕਿਵੇਂ ਗਈ ਜਾਂ ਤਾਂ ਸਿੱਧੀ ਜੀ ਗੱਲ ਹੈ ਜਾਨੀ ਰਕबीर ਸਿੰਘ ਜੀ ਨੇ ਖੁਦ ਪਹੁੰਚਾਈ ਕਾਲਾ ਕਾਲੀ ਸਾਜਿਸ਼ ਦੇਖੋ ਕੌਣ ਕੌਣ ਸਾਜਿਸ਼ ਜਾਣਨਾ ਚਾਹੀਦੀ ਠੀਕ ਆ ਨਾ ਜੀ ਜੋ ਤੀਕੀਆ ਕੀ ਨਹੀਂ ਆਸੀ ਉਹਦੀ অথেন্টিਸਿਟੀ ਦੀ ਗੱਲ ਨਹੀਂ ਕਰਦੇ ਹੁਣ ਜਾਂ ਤਾਂ ਜੱਥੇਦਾਰ ਸਾਹਿਬ ਤੇ ਆ ਜਾਂਦਾ ਬਲੇਮ ਵੀ ਉਹਨਾਂ ਨੇ ਹੀ ਭੇਜ ਦਿੱਤੀ ਚਿੱਠੀ ਜਾਂ ਫਿਰ ਸਕੱਤਰਤ ਵਿੱਚੋਂ ਚਿੱਠੀ ਕਿਸੇ ਨੇ ਖੋਲ ਕੇ ਉਹਨੂੰ ਫੋਟੋਕਾਪੀ ਕਰਕੇ ਫਿਰ ਭੇਜ ਦਿੱਤੀ ਤੇ ਮੈਂ ਕੱਲ੍ਹ ਹੀ ਕਿਹਾ ਸੀ ਵੀ ਕਿਹੜੀ ਤਜੋਰੀ ਹੈ ਇਸ ਜਿਹੜੀ ਅਕਾਲ ਤਖਤ ਸਾਹਿਬ ਕੋਲ ਕਿਹੜਾ ਲਾਕਰ ਜਿੱਥੇ ਉਹ ਸਿੱਕੀ ਉਹ ਚਿੱਠੀ ਉਹਨਾਂ ਨੇ ਸੁਰੱਖਿਅਤ ਕਰ ਦਿੱਤੀ ਹੁਣ ਤੀਸਰਾ ਉਹ ਆ ਜੇ ਕਿ ਸਖਬੀਰ ਬਾਦਲ ਨੇ ਖੁਦ ਉਹਦੀ ਕਾਪੀ ਰੱਖੀ ਤੇ ਉਸ ਜਰਨਲਿਸਟ ਤੱਕ ਪਹੁੰਚਾ ਦਿੱਤੀ। ਨਹੀਂ ਪਰ ਜਿਸ ਚੈਨਲ ਦੇ ਉੱਤੇ ਚਿੱਠੀ ਜਿਸ ਚੈਨਲ ਤੇ ਚਿੱਠੀ ਦੱਸੀ ਜਾ ਰਹੀ ਹੈ ਉਸ ਚੈਨਲ ਦਾ ਤੇ ਅੱਜ ਤੱਕ ਦਾ ਰਿਕਾਰਡ ਰਿਹਾ ਕਿ ਉਹ ਕਦੇ ਵੀ ਅਕਾਲੀ ਦਲ ਦੇ ਹੱਕ 'ਚ ਨਹੀਂ ਭੁਗਤਿਆ। ਤੇ ਫਿਰ ਅਕਾਲੀ ਦਲ ਦਾ ਪ੍ਰਧਾਨ ਆਪਣੇ ਵਿਰੋਧੀ ਨੂੰ ਆਪਣੀ ਹੀ ਇੱਕ ਸਪਸ਼ਟੀਕਰਨ ਭਰੀ ਚਿੱਠੀ ਕਿਵੇਂ ਪਹੁੰਚਾ ਸਕਦਾ ਹੈ? ਇਹ ਤਾਂ ਇੱਕ ਗੱਲ ਕਲੀਅਰ ਹੈ ਨਾ। ਐਹੀ ਤਾਂ ਸਾਜ਼ਿਸ਼ ਹੈ ਜੀ। ਕਿ ਵਰਤਿਆ ਉਹਨੂੰ ਗਿਆ ਜਿਸ ਦਾ ਕੋਈ ਸ਼ੱਕ ਨਾ ਕਰੇ ਹੁਣ ਜੇ ਉਸ ਤਾਂ ਕਿ ਚਲੋ ਮੈਂ ਮੈਂ ਕਹਿ ਨਹੀਂ ਰਿਹਾ ਮੈਂ ਸ਼ੱਕ ਜਾਰ ਕਰ ਰਿਹਾ ਕਿ ਭਈ ਇੱਕ ਜੱਥੇਦਾਰ ਸਾਹਿਬ ਨੇ ਦੂਸਰਾ ਚਿੱਠੀ ਪਹੁੰਚਣ ਦਾ ਸਾਧਨ ਅਸੀਂ ਤਾਂ ਲੱਭ ਰਿਹਾ ਨਾ ਦੂਸਰਾ ਸਾਧਨ ਹੈਗਾ ਸਕਤਰੇਤ ਤੀਸਰਾ ਸਾਧਨ ਹੈਗਾ ਸੁਖਬੀਰ ਬਾਦਲ ਦਾ ਆਪਣਾ ਠੀਕ ਆ ਨਾ ਜੀ ਹੁਣ ਚੌਥਾ ਸਾਧਨ ਹੈਗਾ ਸੁਖਬੀਰ ਬਾਦਲ ਨਾਲ ਜਿਹੜੇ ਉਹਦੇ ਸਾਥੀ ਗਏ ਸੀ ਉਹ ਚਾਰ ਹੀ ਸਾਧਨ ਨੇ ਨਾ ਜੀ ਪੰਨਵਾ ਤਾਂ ਕੋਈ ਸਾਧਨ ਨਹੀਂ ਹੈਗਾ ਐਨਾ ਚਾਰਾਂ ਤੇ ਸ਼ੱਕ ਦੀ ਸੂਈ ਜਾਨੀ ਹੈ ਹੁਣ ਜਿਹੜੇ ਚੈਨਲ ਨੂੰ ਵਰਤਿਆ ਗਿਆ ਉਹ ਚੈਨਲ ਅਕਾਲੀ ਦਲ ਦਾ ਚੈਨਲ ਨਹੀਂ ਮੰਨਿਆ ਜਾਂਦਾ ਠੀਕ ਆ ਨਾ ਪਰ ਉਸ ਚੈਨਲ ਨੇ ਪੂਰੀ ਚਿੱਠੀ ਪੜ ਕੇ ਸੁਣਾ ਦਿੱਤੀ ਹੈ ਜਿਹੜੇ ਪੱਤਰਕਾਰ ਉਹਨਾਂ ਨਾਲ ਬੈਠੇ ਨੇ ਪੱਤਰਕਾਰ ਬਿਲਕੁਲ ਨਿਰਪੱਖ ਨੇ ਬਰੋ ਟੈਕਨੀਕਲੀ ਕਹ ਰਹੇ ਨੇ ਕਿ ਅਸੀਂ ਸਿਰਫ ਪੱਤਰਕਾਰਤਾ ਦੇ ਹਿਸਾਬ ਨਾਲ ਗੱਲ ਕਰਾਂਗੇ ਅਸੀਂ ਹੋਰ ਕਿਸੇ ਦੇ ਸਾਹਮਣੇ ਹੋਰ ਉਹਨਾਂ ਨੇ ਪੱਤਰਕਾਰਤਾ ਦੇ ਸਾਹਮਣੇ ਪੂਰੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਠੀਕ ਆ ਨਾ ਜੀ ਜਿਸ ਦੇ ਜਵਾਬ ਉਹ ਉਸ ਚੈਨਲ ਕਰਤਾ ਕੋਲ ਵੀ ਨਹੀਂ ਨੇ ਉਹ ਗੱਲ ਘੁਮਾ ਰਿਆ ਜੋ ਪੱਤਰਕਾਰ ਕਰ ਰਹੇ ਨੇ ਹੁਣ ਬੁਨਿਆਦੀ ਮੁੱਦਾ ਕਿ ਜਾਂ ਤਾਂ ਸੁਖਬੀਰ ਬਾਦਲ ਆ ਸੁਖਬੀਰ ਬਾਦਲ ਦੇ ਨਾਲ ਜਿਹੜੇ ਪੰਜ ਤੁਰੰਤ ਰੋਦੇ ਆਬੂ ਗਏ ਸੀ ਹੁਣ ਗੱਲ ਆਂਦੀ ਆ ਕਿ ਜਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਕਾਲ ਤਖਤ ਸਾਹਿਬ ਦਾ ਸਖਤਰੇ ਥੀ ਬਦਨਾਮ ਕਰਨਾ ਚਾ ਰਹੇ ਆ ਨਾਲ ਮੁਕਤੀ ਗੱਲ ਤੇ ਆਮਾ ਯਾ ਗਿਆਨੀ ਰਖਵੀਰ ਸਿੰਘ ਜੀ ਦੇ ਨਾਲ ਉਹਨਾਂ ਦੀਆਂ ਕੋਈ ਸੱਜੇ ਖੱਬੀਆਂ ਬਾਹਾਂ ਨੇ ਉਹਨਾਂ ਨੂੰ ਬਦਨਾਮ ਕਰਨੀਆਂ ਚਾ ਰਹੀਆਂ ਨੇ ਯਾ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਸਾਰੀ ਪੱਟੀ ਮੇਚਣਾ ਉਹੀ ਲੋਕ ਚਾ ਰਹੇ ਨੇ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਨਾਲ ਪਿੱਛੇ ਪੰਜ ਖੜੇ ਨੇ ਚਿੱਠੀ ਦੇਣ ਲੱਗਿਆ ਹੁਣ ਇਹ ਫੈਸਲਾ ਤਾਂ ਦੋ ਧਿਰਾਂ ਦੇ ਵਿਚਕਾਰ ਹੋਏਗਾ ਯਾਨੀ ਰਖਵੀਰ ਸਿੰਘ ਉਸ ਦਾ ਸਕੱਤਰ ਹੈ ਯਾ ਸਖਵੀਰ ਸਿੰਘ ਵਾਲਾ ਤੇ ਉਹਦੇ ਨਾਲ ਜਿਹੜੇ ਪੰਜ ਬੰਦੇ ਗਏ ਉਹਨਾਂ ਦੇ ਵਿਚਾਰ ਹੁਣ ਹੋਣਾ ਕੀ ਹੈ ਫਿਰ ਤੁਸੀਂ ਕਹੋਗੇ ਕਿ ਤੁਸੀਂ ਪੂਈ ਖਵਾਣੀ ਕਰਦੇ ਹੋ ਹੋਣਾ ਕੀ ਹੈ ਵਿਵੇਕ ਦੀ ਗੱਲ ਹੈ ਚੇਤਨਤਾ ਹੀ ਚੁੱਕਣ ਦੀ ਗੱਲ ਦਾ ਹੋਣਾ ਹੈ ਜੇ ਕਿ ਇਸ ਦੇ ਪ੍ਰਭਾਵ ਦੇਖੇ ਜਾਣਗੇ ਵਾਚੇ ਜਾਣਗੇ ਐ ਇੱਕ ਫਿਲਰ ਛੋਟ ਛੋਟ ਦਿੱਤਾ ਗਿਆ ਹੁਣ ਅਸਰ ਪ੍ਰਭਾਵ ਦੇਖੇ ਤੇ ਬਾਚੇ ਜਾਣਗੇ ਹੁਣ ਜੇ ਤੇ ਚਿੱਠੀ ਇਹੀ ਹੈ ਔਰ ਇਸ ਦੇ ਪ੍ਰਭਾਵ 네ਗੇਟਿਵ ਆ ਗਏ ਨੇ ਆ ਹੀ ਗਏ ਨੇ ਸਾਰੇ 네ਗੇਟਿਵ ਤਾਂ ਫੇਰ ਉਹ ਲਿਫਾਫੇ ਇੱਚੋ ਚੀਜ਼ਾਂ ਬਦਲ ਦਿੱਤੀਆਂ ਜਾਣੀਆਂ ਔਰ ਨਿਕਲਣ ਯਹੀ ਨਹੀਂ ਹੈ ਔਰ ਜੇ ਪ੍ਰਭਾਵ ਪੋਜੀਟਿਵ ਆ ਗਏ ਤੇ ਇਹੀ ਪਰ ਇਹੀ ਚੀਜ਼ ਨਿਕਲ ਆਏਗੀ ਹੁਣ ਪ੍ਰਭਾਵ ਕੀ ਨੇ ਮੈਂ ਤੁਹਾਨੂੰ ਕੱਲ ਆਪਣੀ ਵੀਡੀਓ ਵਿੱਚ ਕਿਹਾ ਸੀ ਕਿ ਕੀ ਹੋ ਸਕਦਾ ਕੀ ਹੋ ਸਕਦਾ ਇਹ ਚ ਜਿਹੜੀ ਮੱਕੜ ਸੌਰੀ ਮੱਕੜ ਸਾਹਿਬ ਤੇ ਜਿਹੜੀ ਗੱਲ ਗੁਰਚਰਨ ਸਿੰਘ ਗਰੇਵਾਲ ਨੇ ਸੁੱਟ ਦਿੱਤੀ ਕਿ ਜੀ ਉਹ ਕਾਹਨ ਸਾਰਾ ਮੱਕੜ ਸਾਹਿਬ ਵੇਲੇ ਹੋਇਆ ਸੀ ਮੱਕੜ ਸਾਹਿਬ ਫੋਟ ਹੋ ਗਏ ਨੇ ਤੇ ਹੁਣ ਕੀ ਕੀਤਾ ਜਾ ਸਕਦਾ ਮੈਂ ਇਹ ਖੱਤਰਾ ਪ੍ਰਗਟ ਕੀਤਾ ਸੀ ਕਿ ਸਾਰਾ ਕੁਝ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁੱਟਿਆ ਜਾ ਸਕਦਾ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਤਾਂ ਪਹਿਲਾਂ ਹੀ ਕਹਿੰਦਾ ਨੇ ਮੇਰੇ ਪਿਤਾ ਸਮਾਨ ਬਾਦਲ ਵਿਅਕਤੀ ਠੀਕ ਆ ਨਾ ਜੀ ਤੇ ਉਹ ਚੀਜ਼ਾਂ ਨੂੰ ਸਾਨੂੰ ਗੌਰ ਵਿੱਚ ਰੱਖਣਾ ਚਾਹੀਦਾ ਹਮੇਸ਼ਾ ਪੱਤਰਕਾਰਤਾ ਦਾ ਧਰਮ ਹੈ ਕਿ ਪਿਛੋਕੜ ਸਾਰਾ ਨਾਲ ਜੋੜੋ ਹੁਣ ਜਿਸ ਵੇਲੇ ਉਹ ਕਹਿੰਦੇ ਨੇ ਤੇ ਮੈਂ ਖੱਛਾ ਜਾਰ ਕੀਤਾ ਸੀ ਕਿ ਉਹ ਕਹਿ ਸਕਦੇ ਨੇ ਕਿ ਭਈ ਇਹਨਾਂ ਸਾਰਿਆਂ ਕੰਮਾਂ ਲਈ ਤਾਂ ਸੀਐਮ ਸਾਹਿਬ ਨੂੰ ਪਤਾ ਮੈਨੂੰ ਤਾਂ ਕੁਝ ਨਹੀਂ ਪਤਾ ਮੈਂ ਤਾਂ ਇੱਕ ਕੈਬਨਿਟੀ ਕਿਸਾਂ ਉਹਨਾਂ ਦੇ ਜਿਹੜੇ ਕੈਬਨਿਟ ਦੇ ਬਾਕੀ ਹਿੱਸੇਦਾਰ ਨੇ ਢੀਂਡ ਸਾਹਿਬ ਜਾਂ ਜਿਹੜੇ ਐਮਪੀ ਨੇ ਚੰਦੂ ਮਾਜਰਾ ਜੀ ਤੰਦੂ ਮਾਜਰਾ ਜੀ ਨਹੀਂ ਜਿਹੜੇ ਜਿਹੜੇ ਬਾਗੀ ਬਾਗੀ ਤੜੇ ਚ ਗਏ ਨੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਸੁਖਦੇਵ ਸਿੰਘ ਢੀਂਡ ਸਾਹਿਬ ਉਹਨਾਂ ਦੇ ਪੁੱਤਰ ਪ੍ਰੇਮ ਸਿੰਘ ਚੰਦੂ ਮਾਜਰਾ ਠੀਕ ਆ ਨਾ ਜੀ ਸੰਦੂ ਸਾਹਿਬ ਜਿਹੜੇ ਚੇਅਰਮੈਨ ਰਹੇ ਨੇ ਇਹ ਸਾਰੇ ਕਹਿੰਦੇ ਨੇ ਕਿ ਜੀ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਆ ਕੀ ਕਰਦੇ ਸੀ ਸਾਨੂੰ ਦੱਸ ਦੇਣਾ ਥੋੜਾ ਜੀ ਕਹਤਾ ਪਹਿਲਾਂ ਹੀ ਕਹਿ ਚੁੱਕੇ ਨੇ ਠੀਕ ਆ ਨਾ ਜੀ ਹੁਣ ਗੱਲ ਆ ਗਈ ਸੁਖਵੀਰ ਬਾਦਲ ਤੇ ਉਹਨੇ ਕਹਤਾ ਮੇਰੇ ਪਿਤਾ ਜੀ ਨੂੰ ਪਤਾ ਜੀ ਹੁਣ ਜਿਹੜੀ ਇਹ ਚਿੱਠੀ ਦੀ ਜ਼ਿਕਰ ਹੋਇਆ ਇਹ ਚਿੱਠੀ ਮੈਂ ਕ੍ਰੋਨਿਕਲੀ ਤੁਹਾਨੂੰ ਕੁਝ ਗੱਲਾਂ ਕਹਿਣਾ ਚਾਹੁੰਦਾ ਚਿੱਠੀ ਬੜੀ ਸਪਾਸਟ ਜੇ ਹੁਣ ਸਰਦਾਰ ਚਰਨਜੀਤ ਸਿੰਘ ਦੀ ਬੜੀ ਵੱਡੀ ਸਾਜ਼ਿਸ਼ ਆ ਸਾਜ਼ਿਸ਼ ਕੀ ਹੈ ਜਿਹੜੀ ਚੀਜ਼ ਮੈਂ ਤੁਹਾਨੂੰ ਕਹੀ ਸੀ ਹੁਣਾਂ ਚਿੱਠੀ 17 ਅਕਤੂਬਰ 2015 ਦੀ ਦੱਸੀ ਜਾਂਦੀ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਵਾਦਲ ਜੀ ਨੇ ਪਛਤਾਵਾ ਕਰ ਦਿੱਤਾ ਉਹ ਮੇਰੀ ਗੱਲ ਦੀ ਪੁਸ਼ਟੀ ਹੋ ਗਈ ਗੁਰਚਰਨ ਸਿੰਘ ਅਰੇਵਾਲ ਵੀ ਕਹਿ ਗਿਆ ਕਿ ਮੱਕੜ ਸਾਹਿਬ ਦਾ ਟਾਈਮ ਪੀਰੀਅਡ ਸੀ ਅਸੀਂ ਕੀ ਦੱਸ ਸਕਦੇ ਆ ਤੇ ਸੁਖਵੀਰ ਸਿੰਘ ਵਾਦਲ ਦੀ ਉਹ ਚਿੱਠੀ ਵੀ ਪ੍ਰਗਟ ਕਰ ਦਿੱਤੀ ਗਈ ਲਿਫਾਫੇ ਵਿੱਚੋਂ ਕਿ ਭਈ ਆਤਾ 17 ਅਕਤੂਬਰ 2015 ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਲਰੇਡੀ ਪਛਤਾਵਾ ਕਰ ਚੁੱਕੇ ਨੇ ਗੱਲ ਪਹੁੰਚ ਗਈ ਨਾ ਫਿਰ ਉੱਥੇ ਜਿਹੜੀ ਗੱਲ ਮੈਂ ਕਹੀ ਸੀ ਹੁਣ ਆਓ 2015 ਦੀ ਗੱਲ ਕਰੀਏ 17 ਅਕਤੂਬਰ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੋ 17 ਅਕਤੂਬਰ 2015 ਦੀ ਚਿੱਠੀ ਲਿਖਦੇ ਨੇ ਜਿਹੜੀ ਚਿੱਠੀ ਦਾ ਕੋਈ ਰਿਕਾਰਡ ਸ੍ਰੀ ਅਕਾਲ ਤਖਤ ਸਾਹਿਬ ਤੇ ਨਹੀਂ ਹੈ ਬਿਲਕੁਲ ਠੀਕ ਹੈ ਠੀਕ ਆ ਜੀ ਜਿਹੜੀ ਚਿੱਠੀ ਦਾ ਮੁਤਲਕ ਕਿਸੇ ਵੀ ਜਥੇਦਾਰ ਉਸ ਵੇਲੇ ਦੇ ਕਿਸੇ ਵੀ ਜਥੇਦਾਰ ਨੇ ਕਦੇ ਕੋਈ ਗੱਲ ਨਹੀਂ ਕੀਤੀ ਉਸ ਤੋਂ ਪਹਿਲਾਂ ਜਥੇਦਾਰਾਂ ਨੂੰ ਤਲਬ ਕਰ ਲਿਆ ਜਾਂਦਾ ਕੋਠੀ 'ਚ 7 ਅਕਤੂਬਰ ਤੋਂ ਪਹਿਲਾਂ ਤਲਬ ਕਰ ਲਿਆ ਜਾਂਦਾ ਹੁਣ ਜਦ ਜਥੇਦਾਰ ਪਹਿਲਾਂ ਹੀ ਤਲਬ ਕਰ ਲਏ ਨੇ ਤੇ ਬਾਅਦ ਵਿੱਚ ਫਿਰ ਪਛਤਾਪ ਕਰਨ ਦੀ ਕੀ ਲੋੜ ਕਾ ਕੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਟੈਕਨੀਕਲ ਗੱਲ ਆ ਮਾਨੀ ਗਾ ਗੱਲ ਕਰ ਰਿਹਾ ਵੀ ਚਿੱਠੀ ਨਕਲੀ ਆ ਹੁਣ ਬਣਾਈ ਗਈ ਆ ਹੁਣ ਪ੍ਰਗਟ ਕੀਤੀ ਗਈ ਆ ਕਿ ਕੀ ਆ ਕਹਤਾ ਹੁਣ ਆਉਣ ਵਾਲਾ ਸਮਾਂ ਦੱਸੇਗਾ ਪਰ ਜੇ ਆ ਚਿੱਠੀ ਸਾਹਮਣੇ ਆਈ ਆ ਇਹ ਚਿੱਠੀ ਚੈਨਲ ਤੋਂ ਵੀ ਲਈ ਜਾਣੀ ਚਾਹੀਦੀ ਆ ਚੈਨਲ ਤੋਂ ਮੰਗਾਈ ਜਾਣੀ ਚਾਹੀਦੀ ਆ ਹੁਣ ਤੱਕ ਤਾਂ ਗਿਆਨੀ ਰਗਵੀਰ ਸਿੰਘ ਜੀ ਨੂੰ ਆਦੇਸ਼ ਕਰ ਦੇਣਾ ਚਾਹੀਦਾ ਸੀ ਚੈਨਲ ਨੂੰ ਕਿ ਜਿਹੜੀ ਚਿੱਠੀ ਤੇਰੇ ਕੋਲ ਆਈ ਆ ਲੈ ਕੇ ਪੇਸ਼ ਕਰ ਮਾਮਲਾ ਬੜਾ ਸੰਜੀਦਾ ਜੀ ਜੋਨੇ ਰਗਵੀਰ ਸਿੰਘ ਜੀ ਚੁੱਪ ਜੋਨੇ ਪੰਥ ਸਿੰਘ ਸਰਵੰਤ ਚੁੱਪ ਕਿਉਂ ਆ ਕੱਲ ਸਖਤਰੇ ਚੁੱਪ ਹੁਣ ਉਸ ਚਿੱਠੀ ਜੇ 17 ਅਕਤੂਬਰ 2015 ਦੀ ਚਿੱਠੀ ਹੈ ਜੋ ਦੀ ਫੋਰਨ ਸਿੰਘ ਗਾਉਂ ਚੋਂ ਹੁਣੀ ਚਾਹੀਦੀ ਹੈ ਮੈਂ ਨਹੀਂ ਕਹਾਂਦਾ ਨਕਲੀ ਆ ਅਸਲੀ ਆ ਕੀ ਆ ਪਰ ਸ਼ੱਕ ਦੇ ਦਾਇਰੇ ਚ ਸਾਰਾ ਕੁਝ ਹੁਣ ਇਸ ਸ਼ੱਕ ਦੇ ਦਾਇਰੇ ਚੋਂ ਸਾਰਾ ਕੁਝ ਕੱਟਣਾ ਪਏਗਾ ਤਾਂ ਫੈਸਲਾ ਪੰਥ ਤਾ ਤਾਂ ਫੈਸਲਾ ਮੰਨੇਗਾ ਨਹੀਂ ਤਾਂ ਨਹੀਂ ਮੰਨੇਗਾ ਜੀ ਮੈਂ 100% ਕਹਿ ਰਿਹਾ ਜਿਹੜੇ ਮਰਜੀ ਆ ਤਖਤਾਂ ਦੇ ਜੱਥੇਦਾਰ ਜਿੱਥੋਂ ਮਰਜੀ ਲਿਆ ਕੇ ਬਾਦਿਓ ਜਿਹੜੇ ਮਰਜੀ ਫੈਸਲੇ ਕਰਾ ਲੋ ਸਿੱਖ ਸੰਗਤ ਨੇ ਤੇ ਖਾਲਸਾ ਪੰਥ ਨੇ ਉਹਨ ਫੈਸਲੇ ਨਹੀਂ ਜੇ ਮੰਨੇ ਜੇ ਉਸ ਉਹਨਾਂ ਦੀ ਜ਼ਮੀਰ ਦੀ ਆਵਾਜ਼ ਤੋਂ ਉਲਟ ਫੈਸਲੇ ਕੀਤੇ ਗਏ ਹਾਂ ਅੱਛਾ ਸਰਦਾਰ ਸਾਹਿਬ ਇੱਕ ਕੱਲ ਹੋਰ ਹੋਣੀ ਚਾਹੀਦੀ ਆ ਜਿਹੜੀ ਮੈਂ ਤੁਹਾਡੇ ਤੋਂ ਸਮਝਣਾ ਚਾਹਨਾ ਕਿਉਂਕਿ ਹੁਣੇ ਮਾਮਲਾ ਜ਼ਿਆਦਾ ਸੈਂਸਿਟਿਵ ਹੋ ਗਿਆ ਜੀ ਯਾਨੀ ਰਗਵੀਰ ਸਿੰਘ ਜੀ ਦੀ ਕਾਰਗੁਜ਼ਾਰੀ ਵੀ ਸ਼ੱਕ ਦੇ ਘੇਰੇ ਚ ਆ ਗਈ ਕਿਉਂਕਿ ਚਿੱਠੀ ਬਾਹਰ ਨਿਕਲ ਚੁੱਕੀ ਹੈ ਚਿੱਠੀ ਦੀ ਕਾਪੀ ਸਿਰਫ ਅਕਾਲ ਤੱਕ ਸਾਫ਼ ਤੇ ਸੀ ਨੰਬਰ 2 ਤੇ ਇਸ ਮਾਮਲੇ ਦੇ ਵਿੱਚ ਜਦ ਤੱਕ ਰੋਕ ਲਾ ਦੇਣੀ ਚਾਹੀਦੀ ਹੈ ਜਦੋਂ ਤੱਕ ਭਾਈ ਰਗਵੀਰ ਸਿੰਘ ਬਾਰੇ ਫੈਸਲਾ ਨਹੀਂ ਹੁੰਦਾ ਜਾਂ ਇਹ ਗੱਲ ਸਾਫ਼ ਨਹੀਂ ਹੁੰਦੀ ਕਿ ਚਿੱਠੀ ਬਾਹਰ ਕਿਵੇਂ ਗਈ ਨਹੀਂ ਮੈਂ ਨਹੀਂ ਸਮਝਦਾ ਕਿ ਕੇਸ ਲਮਕਾਣਾ ਚਾਹੀਦਾ ਆ ਕੇਸ ਚੱਲਣਾ ਚਾਹੀਦਾ ਮੇਰਾ ਸਵਾਲ ਮੇਰਾ ਸਵਾਲ ਇਹ ਸੀ ਕਿ ਭਾਈ ਰਗਵੀਰ ਸਿੰਘ ਦੀ ਕਾਰਜਕਾਲ ਦੇ ਉੱਤੇ ਰੋਕ ਲਗਾ ਦੇਣੀ ਚਾਹੀਦੀ ਹੈ ਕਿਉਂਕਿ ਹੁਣ ਇਸ ਵਕਤ ਭਾਈ ਰਘਬੀਰ ਸਿੰਘ ਦਾ ਕਾਰਜਸ਼ੈਲੀ ਵੀ ਕਟਾਰੇ ਦੇ ਵਿੱਚ ਹੈ ਮੈਂ ਮੈਂ ਉਸੇ ਚੀਜ਼ ਦਾ ਤੁਹਾਨੂੰ ਜਵਾਬ ਦੇਣ ਲੱਗਾ ਜੀ 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 ਕਿਉਂਕਿ ਕਿਸੇ ਵੀ ਲਮਕਾਨ ਵਾਲੇ ਪ੍ਰੋਸੀਜਰ ਵਿੱਚ ਨਹੀਂ ਜਾਣਾ ਚਾਹੀਦਾ ਅਸੀਂ ਪਹਿਲਾਂ ਇਸ ਚੀਜ਼ ਦੀ ਰਾਏ ਦੇ ਚੁੱਕੇ ਹਾਂ ਕਿ ਇਹ ਜਿਹੜੇ ਪੰਜ ਸਿੰਘ ਸਹਾਬਾਨ ਕਹਿ ਕੇ ਬਿਠਾਏ ਜਾ ਰਹੇ ਨੇ ਇਹ ਪੰਜੋਂ ਹੀ ਦੋਸ਼ ਮੁਕਤ ਨਹੀਂ ਨੇ ਸੰਗਤਾਂ ਨੂੰ ਸ਼ੱਕ ਆਉਂਨਾ ਪਏ। ਔਰ ਜਿਹੜੇ ਪਹਿਲਾਂ ਸਿੰਘ ਸਾਹਿਬਾਨ ਸੀ ਸੰਗਤਾਂ ਨੂੰ ਉਹਨਾਂ ਤੇ ਵੀ ਸ਼ੱਕ ਆ। ਚਾਹੇ ਗੁਰਮੁਖ ਸਿੰਘ ਜੀ ਸੀ ਚਾਹੇ ਯਾਨੀ ਗੁਰਬਚਨ ਸਿੰਘ ਜੀ ਸੀ। ਲਾਕੇ ਤਾਂ ਗਏ ਸੀ ਨਾ ਜੀ। ਇਕਬਾਲ ਸਿੰਘ ਜੀ ਨੂੰ ਵੀ ਕੋਠੀ ਤੇ ਵਿੱਚ ਆਏ ਸੀ। ਉਹਨਾਂ ਪੰਜਾ ਤੇ ਵੀ ਸ਼ੱਕ ਆ। ਤੇ ਆ ਜਿਹੜੇ ਸਿੰਘ ਸਾਹਿਬਾਨ ਨਾ ਇੱਥਾ ਇਨਵਰਟਡ ਕਾਮੇ ਜੱਫੇਦਾਰ ਬਣ ਜਾਂਦੇ ਨੇ ਆ ਪੰਨ ਸਿੰਘ ਸਾਹਿਬਾਨ ਬਣ ਕੇ ਬਹਿ ਜਾਂਦੇ ਨੇ। ਐਨਾ ਤੇ ਸਿੱਖ ਸੰਗਤਾਂ ਨੂੰ ਸ਼ੱਕ ਆ। ਤੇ ਮੈਂ ਉਸ ਵੇਲੇ ਇਹ رائے ਦਿੱਤੀ ਸੀ ਕਿ ਹੁਣ ਪੰਥ ਦਾ ਨਿਜਾਮ ਸਾਹਮਣੇ ਆਏ ਪੰਥ ਨੂੰ ਕਾਲ ਦਿੱਤੀ ਜਾਏ ਇਹ ਜਿਹੜਾ ਰਵਾਇਤੀ ਨਿਜਾਮ ਬਣਿਆ ਹੋਇਆ ਇਹਦੇ ਵੱਲੋਂ ਤੈਨੂੰ ਆਪਣੀ ਇੱਜ਼ਤ ਬਚਾਉਣ ਵਾਸਤੇ ਹੁਣ ਪੰਥ ਨੂੰ ਕਾਲ ਦੇ ਦੇਣੀ ਚਾਹੀਦੀ ਏ ਕਿ ਭਈ ਆਓ ਤੇ ਆਪਣੇ ਪੰਜ ਸਿੰਘ ਸਹਬਾਨ ਬਣਾਓ ਜਿੰਨਾ ਕੇ ਅਸੀਂ ਵੀ ਪੇਸ਼ ਹੋਵਾਂਗੇ ਤੇ ਉਹ ਵੀ ਪੇਸ਼ ਹੋਣਗੇ ਇਹ ਜੁਰਤ ਹੁਣ ਕਰ ਲੈਣੀ ਚਾਹੀਦੀ ਏ ਕਿਉਂਕਿ ਸਿੰਘ ਸਾਹबान ਦੋਸ਼ੀ ਹੋ ਗਏ ਨੇ ਖੰਡਤ ਅਵਸਥਾਈ ਚ ਸਿੰਘ ਸਾਹਬਾਂ ਤੇ ਦੋਸ਼ ਲੱਗ ਚੁੱਕਾ ਹੈ ਕਿ ਵੀ ਚਿੱਠੀ ਚੋਰੀ ਹੋ ਗਈ ਹੋਰ ਉਹਨਾਂ ਨੇ ਅੱਜ ਤੱਕ ਨਹੀਂ ਕਿਹਾ ਉਸ ਚੈਨਲ ਨੂੰ ਕਿ ਵੀ ਤੁਰ ਆ ਕੇ ਚਿੱਠੀ ਚੋਰੀ ਨਹੀਂ ਲੀਕ ਹੋ ਗਈ ਇੱਥੇ ਲੀਕ ਹੋ ਗਈ ਜਿਸ ਤਰ੍ਹਾਂ ਨੀਟ ਦੇ ਪੇਪਰ ਜਿਸ ਤਰ੍ਹਾਂ ਨੀਟ ਦੇ ਪੇਪਰ ਨਹੀਂ ਲੀਕ ਹੋਏ ਇਹ ਉਸ ਤਰ੍ਹਾਂ ਚਿੱਠੀ ਵੀ ਲੀਕ ਹੋ ਚੁੱਕੀ ਆ ਔਰ ਅਫਸੋਸ ਦੀ ਗੱਲ ਹੈ ਕਿ ਪੱਤਾ ਪੱਤਾ ਬੂਟਾ ਬੂਟਾ ਹਾਲ ہمارا ਜਾਣੇ ਹੈ ਜਾਣੇ ਨਾ ਜਾਣੇ ਗੁਲ ਹੀ ਨਾ ਜਾਣੇ ਬਾਗ ਤੋਂ ਸਾਰਾ ਜਾਣੇ ਹੈ ਸਾਰੇ ਪੰਥ ਨੂੰ ਪਤਾ ਲੱਗ ਗਿਆ ਕਿ ਉਸ ਚਿੱਠੀ ਚ ਕੀ ਲਿਖਿਆ ਹੈ ਲੇਕਿਨ ਜਥੇਦਾਰ ਸਾਹਿਬ ਹਾਲੇ ਵੀ ਬੜੇ ਨਿਮਾਣੇ ਜੇ ਬਣ ਕੇ ਕਹਿੰਦੇ ਪਏ ਨੇ ਕਿ ਐਚਟੀ ਤਾ ਸਿੰਘ ਸਾਹਿਬਾਨ ਦੀ ਮੀਟਿੰਗ ਦੇ ਵਿੱਚ ਹੀ ਖੋਲੀ ਜਾਏਗੀ ਜੀ ਕੀ ਖੋਲੋਗੇ ਕੀ ਦਿਖਾਓਗੇ ਲੋਕਾਂ ਨੂੰ ਖੋਲਣ ਨੂੰ ਬਚਿਆ ਕੀ ਹੈ ਜੀ ਉਹ ਤਾਂ ਪਤਾ ਨਹੀਂ ਉਹ ਲੀਕ ਤਾਂ ਸਾਰਾ ਕੁਝ ਹੋ ਗਿਆ ਜਿਵੇਂ ਤੁਸੀਂ ਕਿਹਾ ਮਾਦਾਗਨਾਂ ਚੋਰੀ ਹੋ ਗਿਆ ਤੁਸੀਂ ਕਹਿੰਦੇ ਹੋ ਲੀਕ ਹੋ ਗਿਆ ਦੋਨੋਂ ਗੱਲਾਂ ਇੱਕ ਸਮਾਨ ਹੀ ਨੇ ਠੀਕ ਆ ਨਾ ਜੀ ਹੁਣ ਜਿਹੜਾ ਲੀਕ ਹੋ ਗਿਆ ਔਰ ਉਹਨੇ ਚਿੱਠੀ ਪੜ ਕੇ ਸੁਣਾ ਦਿੱਤੀ ਮੈਂ ਉਸੇ ਚਿੱਠੀ ਤੇ ਜਾ ਰਿਹਾ ਤੇ ਉਹ ਜਥੇਦਾਰ ਸਾਖ ਦੀ ਹਸਿਆਤ ਕੀ ਰਹਿ ਗਈ ਉਹ ਤੇ ਸ਼ੱਕੀ ਹੋ ਗਏ ਕਿ ਪੰ ਤੋੜਨ ਨੂੰ ਉਨਬਤੋਰ ਜਥੇਦਾਰ ਸਤਕਾਰ ਕਰੇਗਾ ਸਵਾਲਾ ਵੀ ਖੜਾ ਹੋ ਗਿਆ ਜੀ ਹੁਣ ਦੂਸਰਾ ਸਵਾਲ ਆ ਖੜਾ ਹੋ ਗਿਆ ਕਿ ਜੇ ਮੈਂ ਦਾਲੋ ਕ੍ਰੋਨੋਲੋਜੀਕਲੀ ਕਰਨਾ ਚਾਹੁੰਦਾ ਸੀ ਇਸ ਤਾਰਾ ਅਕਤੂਬਰ ਤੋਂ ਪਹਿਲਾਂ ਇਹਨਾਂ ਨੂੰ ਘਰੇ ਬੁਲਾ ਲਿਆ ਸੀ ਗਿਆਨੀ ਗੁਰਬਚਨ ਸਿੰਘ ਜੀ ਕੁਮਾਰ ਸਿੰਘ ਜੀ ਗਿਆਨੀ ਗੁਰਮੁਖ ਸਿੰਘ ਜੀ ਘਾਇਨੇ ਗਿਆਨੀ ਗੁਰਮੁਖ ਸਿੰਘ ਜੀ ਤੇ ਉਹਨਾਂ ਦੇ ਭਰਾਤਾ ਜੀ ਨੇ ਸਾਰੀਆਂ ਡਿਟੇਲ ਦਸੀਆਂ ਨੇ ਪੱਤਰਕਾਰਾਂ ਨੂੰ ਜਸਟਿਸ ਅਨਜੀਤ ਸਿੰਘ ਕਮਿਸ਼ਨ ਨੂੰ ਗਿਆਨੀ ਗੁਰਮੁਖ ਸਿੰਘ ਦਾ ਭਰਾ ਹਿੰਮਤ ਸਿੰਘ ਖੁਦ ਪੇਸ਼ ਹੋ ਕੇ ਸਾਰੀ ਡਿਟੇਲ ਦੇ ਕੇ ਗਿਆ ਔਰ ਉਸ ਵੇਲੇ ਪੰਜਾਬ ਦੇ ਵਿੱਚ ਕਾਂਗਰਸ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਰਾਈ ਜਸਟਿਸ ਰਣਜੀਤ ਸਿੰਘ ਕੋਲ ਪੇਸ਼ ਹੋਏ ਨੇ ਜੀ ਬਿਲਕੁਲ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਵੀ ਹੈਗੇ ਨੇ ਸਰਦਾਰ ਹਿੰਮਤ ਸਿੰਘ ਜੀ ਵੀ ਹੈਗੇ ਨੇ ਗਿਆਨੀ ਗੁਰਮukh ਸਿੰਘ ਜੀ ਵੀ ਹੈਗੇ ਨੇ ਜਸਟਿਸ ਰਣਜੀਤ ਸਿੰਘ ਜੀ ਵੀ ਹੈਗੇ ਨੇ ਜਸਟਿਸ ਜੋਰਾ ਸਿੰਘ ਦਾ ਵੀ ਕਮਿਸ਼ਨ ਬਣਿਆ ਉਹਨੇ ਪੁੱਛ ਪੜਤਾਲ ਕੀਤੀ ਮੈਂ ਇੱਕ ਗੱਲ ਕਰਨਾ ਚਾਹੁੰਦਾ ਮੈਨੂੰ ਤਾਲ ਕੰਪਲੀਟ ਕਰਨ ਤੋਂ ਪਹਿਲਾਂ ਜੀ ਜਸਟਿਸ ਜੋਰਾ ਸਿੰਘ ਨੇ ਪੁੱਛ ਪੜਤਾਲ ਮੁੱਖ ਮੰਤਰੀ ਤੋਂ ਵੀ ਕੀਤੀ ਸੀ ਕਿ ਆ ਜਾਂਦਾ ਉਹਨੇ ਸਾਨੀ ਨੂੰ ਵੀ ਬੁਲਾਇਆ ਸੀ ਕਿ ਜਸਟਿਸ ਜੋਰਾ ਸਿੰਘ ਦੇ ਕ੍ਰੋਨਿਕਲ ਰਿਕਾਰਡ ਵਿੱਚ 17 ਅਕਤੂਬਰ 2015 ਦੀ ਚਿੱਠੀ ਹੈ ਸਰ ਇਹਦੇ ਨਾਲ ਇੱਕ ਹੋਰ ਨਾਮ ਜੋੜੋ ਇਹਦੇ ਨਾਲ ਇੱਕ ਹੋਰ ਨਾਮ ਜੋੜੋ ਕੁੰਵਰ ਵਿਜੇ ਪ੍ਰਤਾਪ ਸਿੰਘ ਹਾਂਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਤੇ ਪੜਤਾਲ ਕੀਤੀ ਸੀ ਨਾ ਸਾਰੀ ਉਹਨੇ ਵੀ ਪੜਨਾ ਜਿਹੜੇ ਖੱਟੜਾ ਸਾਹਿਬ ਅਕਾਲ ਤਖਤ ਸਾਹਿਬ ਤੇ ਦੋ ਵਾਰੀ ਹੋਇਆ ਹੀ ਨੇ ਉਹਨਾਂ ਨੇ ਵੀ ਸਾਰੀ ਪੜਤਾਲ ਕੀਤੀ ਹੈ ਕੀ ਇਹ ਚਿੱਠੀਆਂ ਉਹਨਾਂ ਦੇ ਕੋਲ ਹਨ? ਕੀ ਫਰਜੀ ਬਣਾ ਲਈਆਂ ਗਈਆਂ? ਮੁੱਦਾ ਵੀ ਜਿਹੜੀ ਚੀਜ਼ ਮੈਂ ਕਹਿਣਾ ਚਾਹੁੰਦਾ। ਕੀ ਸਾਰਾ ਕੁਝ ਹੀ ਫਰਜੀ ਘੜਿਆ ਜਾ ਰਿਹਾ। ਹੁਣ ਕਿਹਾ ਤੇ ਇਹ ਵੀ ਜਾ ਰਿਹਾ ਇੱਕ ਫਰਜੀ ਗੱਲ ਆ ਵੀ ਉਡਾਈ ਜਾ ਰਹੀ ਹੈ। ਕਿ ਪੰਜਾਬ ਸਰਕਾਰ ਦੀ ਕੈਬਨਿਟ ਨੇ ਵੀ ਅਫਸੋਸ ਪ੍ਰਗਟ ਕੀਤਾ ਸੀ। ਸਾਰੀ ਚੀਜ਼ ਦੀ। ਜੀ। ਜੀ। ਤੇ ਉਹ ਕੈਬਨਿਟ ਦੀ ਮੀਟਿੰਗ ਤਾਂ ਪੰਜਾਬ ਸਰਕਾਰ ਦੇ ਰਿਕਾਰਡ 'ਚ ਹੁੰਦੀ ਆ। ਪੰਜਾਬ ਸਰਕਾਰ ਨੂੰ ਵਰਤਮਾਨ ਪੰਜਾਬ ਸਰਕਾਰ ਨੂੰ ਪੁੱਛਿਆ ਜਾਣਾ ਚਾਹੀਦਾ ਚਿੱਠੀ ਕੱਢੀ ਜਾਣੀ ਚਾਹੀਦੀ ਹੈ ਕਿ ਬਈ ਐਸਾ ਕੋਈ ਕੈਬਿਨੇਟ ਨੇ ਅਫਸੋਸ ਪ੍ਰਗਟ ਕੀਤਾ ਸੀ ਕੋਈ ਮਤਾ ਹੋਇਆ ਸੀ ਉਹ ਮਤਾ ਪੇਸ਼ ਕੀਤਾ ਜਾਏ ਅਕਾਲ ਤੱਕ ਸਾਹਮਣੇ ਕਿਉਂਕਿ ਬੜਾ ਸੰਜੀਦਾ ਮਾਮਲਾ ਪੰਜਾਬ ਸਰਕਾਰ ਨਾ ਨਹੀਂ ਕਰ ਸਕਦੀ ਕਿਸੇ ਵੀ ਲੈਵਲ ਤੇ ਨਾ ਨਹੀਂ ਕੀਤਾ ਜਾ ਕਿਉਂਕਿ ਆ ਜਨਤਾ ਦੀ ਸਰਕਾਰ ਹੈ ਉਹ ਵੀ ਜਨਤਾ ਦੀ ਸਰਕਾਰ ਸੀ ਵੋਟਰਾਂ ਦਾ ਅਧਿਕਾਰ ਹੈਗਾ ਉਹ ਕੋਈ ਜਿਹੜੀ ਵੀ ਚੀਜ਼ ਨੂੰ ਮੰਗ ਸਕਦੇ ਨੇ ਆਰਟੀਆਈ ਐਕਟ ਵੀ ਇਹ ਹੀ ਕਰਦਾ ਠੀਕ ਆ ਨਾ ਜੀ ਹੁਣ ਆ ਦੋਨੋਂ ਚੀਜ਼ਾਂ ਜੇ ਹੈ ਨਾ ਮੈਨੂੰ ਨਹੀਂ ਪਤਾ ਹੈ ਨੀ ਆ ਨਹੀਂ ਆ ਮੈਂ ਨਾ ਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਰਿਹਾ ਮੇਰੇ ਕਿੰਤੂ ਪਰੰਤੂ ਸਿਸਟਮ ਤੇ ਤੇ ਟੈਕਨੀਕਲ ਨਹੀਂ ਜੇ ਆ ਦੋਨੋਂ ਚੀਜ਼ਾਂ ਹੈਨ ਤੇ ਆਨ ਰਿਕਾਰਡ ਹਲੇ ਤੱਕ ਕਿਉਂ ਨਹੀਂ ਸੀ ਆਈਆਂ 2015 ਤੋਂ ਲੈ ਕੇ ਹੁਣ ਤੱਕ ਕਿਉਂ ਛੁਪਾਈਆਂ ਗਈਆਂ ਕਿਉਂ ਸੀਕ੍ਰੀਟ ਰੱਖੀਆਂ ਗਈਆਂ ਕਿਉਂ ਪੰਥ ਨੂੰ ਇਹ ਨਾ ਉਲਝਾ ਆ ਗਿਆ ਜਿਹੜਾ ਸੀ ਦੋਨੋਂ ਚੀਜ਼ਾਂ ਕੇ ਜੇ ਬਰਗਾੜੀ ਕਾਂਡ ਤੇ ਸਾਰੀ ਚੀਜ਼ ਤੇ ਕੈਬਨਿਟ ਅਕਾਲੀ ਦਲ ਦੀ ਔਰ ਭਾਜਪਾ ਦੀ ਕੈਬਨਿਟ ਨੇ ਪਤਾ ਪਾਸ ਕਰ ਦਿੱਤਾ ਸੀ ਅਫਸੋਸ ਦਾ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 17 ਅਕਤੂਬਰ 2015 ਨੂੰ ਜਰਨਲ ਰੂਪ ਵਿੱਚ ਪਛਤਾਤਾ ਕਰ ਦਿੱਤਾ ਸੀ ਜੋ ਚਿੱਠੀ ਪੜ੍ਹ ਕੇ ਸੁਣਾਈ ਹੈ ਉਹਦੇ ਚ ਕਿਸੇ ਦੋਸ਼ ਨੂੰ ਅਸੈਪਟ ਨਹੀਂ ਕੀਤਾ ਗਿਆ ਇੱਕ ਜਰਨਲ ਰੂਪ ਵਿੱਚ ਪਛਤਾਤਾ ਦਾ ਵਰਣਨ ਕੀਤਾ ਗਿਆ ਇਹ ਕਾਰੀ ਦਿੱਤਾ ਗਿਆ ਸੀ ਤੇ ਫਿਰ ਆ ਮਾਮਲਾ ਹੱਥੋਂ ਤਾਂ ਕਾਣਾ ਹੀ ਨਹੀਂ ਸੀ ਇਹਨਾਂ ਨੂੰ ਸੀਕ੍ਰੇਟ ਕਿਉਂ ਰੱਖਿਆ ਗਿਆ ਹੋਰ ਕੀ ਹੈ ਮਾਮਲੇ ਦੋਨੋਂ ਪੰਜਾ ਤਖਤਾਂ ਦੇ ਜਥੇਦਾਰਾਂ ਕੋਲ ਵੀ ਸੀਕ੍ਰੇਟ ਰੱਖੇ ਗਏ ਕਿ ਉਹਨਾਂ ਨੂੰ ਦਿੱਤੇ ਗਏ ਕੀ ਇੱਕ ਮੁੱਦਾ ਹੈ ਵੀ ਜੇ ਜੇ ਕੋਠੀ ਚ ਬੁਲਾਇਆ ਗਿਆ ਕਿਉਂਕਿ ਦੇਖੋ ਗੋਲੀ ਕਾਂ ਦਾ 14 ਅਕਤੂਬਰ ਨੂੰ ਹਲਬੜੀ ਸਪਸ਼ਟ ਜੇ ਚਿੱਠੀ ਜਾਂਦੀ ਹੈ 17 ਅਕਤੂਬਰ ਨੂੰ ਕ੍ਰੋਨੋਕਲੀ ਮੈਂ ਜੋੜਨਾ ਚਾਹੁੰਦਾ ਸਤੰਬਰ 2015 ਵਿੱਚ ਬਾਦਲ ਸਾਹਿਬ ਦੇ ਘਰੇ ਪਹੁੰਚਦੇ ਨੇ ਪੰਜ ਸਿੰਘ ਸਹਿਬਾਨ ਸਤੰਬਰ 2015 ਇ ਉਸ ਤੋਂ ਬਾਅਦ ਸਾਰਾ ਕਾਂਡ ਹੋਣਾ ਸ਼ੁਰੂ ਹੁੰਦਾ ਮਾਫੀ ਨਾਮੇ ਤੋਂ ਬਾਅਦ ਠੀਕ ਆ ਨਾ ਜੀ ਦੋਸ਼ੀ ਚ ਇਹਨਾਂ ਦਾ ਮਾਫੀ ਨਾਮਾ ਦੋਸ਼ੀ ਹੋ ਗਿਆ ਨਾ ਕਿਉਂਕਿ ਤੁਸੀਂ ਜਿਸ ਤੇ ਦੋਸ਼ ਸੀ ਉਹਨੂੰ ਖੁੱਲੀ ਛੂਟ ਦੇ ਦਿੱਤੀ ਮਾਫੀ ਦੇ ਦਿੱਤੀ ਉਹ ਤਾंडव ਕਰਨ ਲੱਗ ਗਿਆ ਔਰ ਉਹਦਾ ਤਾंडव ਪੰਥ ਦੇ ਹੀ ਹਿੱਕ ਤੇ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਹਿੱਕ ਤੇ ਹੋਇਆ ਤੇ ਦੋਸ਼ੀ ਤਾਂ ਪੰਜੋ ਸਿੰਘ ਸਾਬਾਨ ਵੀ ਬਣ ਗਏ ਮਾਫੀ ਨਾਮੇ ਵਾਲੇ ਠੀਕ ਆ ਜੀ ਉਹਨ 14 ਅਕਤੂਬਰ ਨੂੰ ਗੋਲੀकांड ਹੋ ਜਾਂਦਾ ਦੋ ਸਿੰਘ ਸ਼ਹੀਦ ਹੋ ਜਾਂਦੇ ਨੇ 17 ਅਕਤੂਬਰ 2015 ਦੀ ਪਛਤਾਵਾ ਵਾਲੀ ਇਹ ਚਿੱਠੀ ਸਾਹਮਣੇ ਆਂਦੀ ਏ ਮੈਨੂੰ ਨਹੀਂ ਪਤਾ ਹੈ ਜਾਂ ਨਹੀਂ ਹੈ ਉਹਦੇ ਚ ਬਾਦਲ ਸਾਹਿਬ ਉਸ ਗੋਲੀकांड ਦਾ ਉਹ ਮਾਫੀ ਨਾਮੇ ਦਾ ਕੋਈ ਜ਼ਿਕਰ ਹੀ ਨਹੀਂ ਕਰਦੇ ਸਾਇਲੈਂਟ ਰਹਿੰਦੇ ਨੇ ਫਿਰ 10 ਨਵੰਬਰ ਨੂੰ ਚੱਬੇ ਆਲਾ ਸਰਬਤ ਖਾਲਸਾ ਹੁੰਦਾ ਪੰਥ ਇਹਨਾਂ ਸਾਰੀਆਂ ਘਟਨਾਵਾਂ ਦੇ ਖਿਲਾਫ ਚੱਬੇ 'ਚ ਇਕੱਠਾ ਹੁੰਦਾ। ਪੰਥ ਕਿ ਸੇ ਹੋਰ ਸਾਈਕੀ ਨੂੰ ਲੈ ਕੇ ਇਕੱਠਾ ਹੁੰਦਾ। ਚੱਬੇ ਵਾਲੇ ਵੀ ਪੰਥ ਦੀ ਸਾਈਕੀ ਨਾਲ ਮਤਾ ਕਾਂਗਾਂ ਬਲਾਤਕਾਰ ਕਰ ਦਿੰਦੇ ਨੇ। ਪੰਥ ਜੀ ਬਿਲਕੁਲ ਠੀਕ ਹੈ। ਨਿਰਾਸ਼ ਨਿਰਾਸ਼ ਹੋ ਕੇ ਵਾਪਸ ਪਰਤਦਾ। ਚਿੱਠੀ ਫੇਰ ਵਿੱਚ ਉਪਰ ਆਂਦੀ ਐ, ਮਤਾ ਫੇਰ ਵਿੱਚ ਉਪਰ ਆਂਦਾ ਕੈਬਿਨੇਟ 'ਬਾ। ਫਰਵਰੀ 2 1986 ਤੇ ਐ। ਅਗਰ ਅਸੀਂ ਜਾਈਏ ਮਾਉਂ ਪਿਚੇ ਲੈ ਕੇ ਜਾਣਾ ਚਾਹੁੰਦਾ ਤੁੰ ਫਰਵਰੀ 1986 ਚ ਪ੍ਰੋਫੈਸਰ ਦਰਸ਼ਨ ਸਿੰਘ ਨੇ ਇਕ ਅਕਾਲੀ ਦਾਲੀ ਚ ਇਕਤਾ ਕਰਾਈ ਸੀ 1986 ਚ 86 ਵਿਚ ਨਹੀਂ ਅ ਪ੍ਰੋਫੈਸਰ ਦਰਸ਼ਨ ਸਿੰਘ 1986 ਤੋਂ ਬਾਅਦ ਆਂਦੇ ਨੇ ਸ਼ਾਇਦ 1988 ਦੇ ਆਸ-ਪਾਸ ਅੱਛਾ ਚਲੋ ਖੈਰ ਨਹੀਂ ਜਦੋਂ 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 ਉਹਨਾਂ ਨੇ ਬਰਨਾਲਾ ਸਾਹਿਬ ਦੇ ਗਲੇ 'ਚ ਤਖਤੀ ਲਟਕਾਈ ਸੀ ਜੀ ਉਦੋਂ ਉਹਨਾਂ ਨੇ ਕੇਕਤਾ ਦਾ ਕੰਮ ਸ਼ੁਰੂ ਕੀਤਾ ਸੀ ਜੀ ਜੀ ਠੀਕ ਆ ਨਾ ਜੀ ਬਰਨਾਲੇ ਨੇ ਉਹਦੀ ਮੁਖਾਲਫਤ ਕੀਤੀ ਸੀ ਜੀ ਲੰਗੋਵਾਲ ਦਲ ਬਣਾਇਆ ਸੀ ਚੰਦੂ ਮੋਹਜਰੇ ਨੇ ਵੀ ਉਹਦੀ ਮੁਖਾਲਫਤ ਕੀਤੀ ਸੀ ਜੀ ਅੱਜ ਜਿਹੜੇ ਆਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਥੋੜਾ ਪਿਛੋਕੜ ਸਾਨੂੰ ਨਾਲ ਲੈ ਕੇ ਤੁਰਨਾ ਪੈਣਾ ਜਿਤੇ ਕਾਲ ਤੱਕ ਸਾਫ ਤੇ ਫਾਸਲੇ ਕਰਨੇ ਮੈਂ ਤਾਂ ਛੇੜ ਰਿਆ ਐਨ ਆ ਇਸ਼ੂਸ ਨੂੰ ਅੱਜ ਨੂੰ ਐਨਾ ਪਿੱਛੇ ਲੈ ਕੇ ਜਾ ਰਿਆ ਉਦੋਂ ਸਾਰੀਆਂ ਗੱਲਾਂ ਨੂੰ ਛੱਡ ਕੇ ਮੈਂ ਗੱਲ ਕਰਨਾ ਤੇ ਵਿਸਥਾਰਿਸ਼ ਨਹੀਂ ਜਾਣਾ ਚਾਹੁੰਦਾ ਉਦੋਂ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੇ ਅਕਾਲੀ ਦਲ ਦਾ ਇੱਕ ਏਜੰਡਾ ਵੀ ਬਣਾਇਆ ਸੀ ਇੱਕ ਕਨਸਟੀਟਿਊਸ਼ਨ ਵੀ ਬਣਾਇਆ ਸੀ ਜਿੰਨੂੰ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨ ਕਰਕੇ ਅਕਾਲੀ ਦਲ ਨੂੰ ਸੌਂਪਿਆ ਗਿਆ ਸੀ ਬਾਦਲ ਸਾਹਿਬ ਨੇ ਕਿਹਾ ਸੀ ਮੈਂ ਮੰਨਦਾ ਬਰਨਾਲਾ ਸਾਹਿਬ ਨੇ ਔਰ ਲੰਗੋਵਾਲਾ ਅਕਾਲੀ ਦਲ ਨੇ ਕਿਹਾ ਸੀ ਮੈਂ ਨਹੀਂ ਮੰਨਦਾ ਲੋਂਗੋ ਵਾਲਾ ਅਕਾਲੀ ਦਲ ਉਸ ਵੇਲੇ ਤਖਤੀ ਪਾ ਕੇ ਪੇਸ਼ ਹੋ ਗਿਆ ਸੀ ਤੇ ਬਾਦਲ ਅਕਾਲੀ ਦਲ ਨੇ ਉਸ ਦੇ ਮੁਖਾ ਬਾਅਦ ਵਿੱਚ ਮੁਕਾਬਲਤ ਕਰ ਦਿੱਤੀ ਕਿ ਮੈਂ ਅਜੰਡਾ ਮੰਨਦਾ ਹੀ ਨਹੀਂ ਸਰਦਾਰ ਚਰਨਜੀਤ ਸਿੰਘ ਜੀ ਮੈਂ ਫੇਰ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਪਿਛੋਕੜ ਵੱਲ ਕਿਉਂਕਿ ਇਹ ਇਹ ਅਕਾਲੀ ਦਲ ਕਰਦਾ ਕੀ ਆਇਆ ਖਾਸ ਤੌਰ ਤੇ ਬਾਦਲ ਧੜਾ ਕੀ ਕਰਦਾ ਆਇਆ ਸਿੱਖਾਂ ਨਾਲ ਬੜਾ ਸਪਸ਼ਟ ਹੋਣਾ ਚਾਹੀਦਾ ਸਿੱਖਾਂ ਨੂੰ ਪ੍ਰੋਫੈਸਰ ਦਰਸ਼ਨ ਸਿੰਘ ਜੀ ਵੇਲੇ 5 ਫਰਵਰੀ 1986 ਨੂੰ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੇ ਅਕਾਲੀ ਦਲ ਦੇ ਪੁਨਰਗਠਨ ਵਾਸਤੇ ਇੱਕ ਹੁਕਮਨਾਮਾ ਜਾਰੀ ਕੀਤਾ ਸੀ ਬਕਾਇਦਾ ਸਾਰਿਆਂ ਤੋਂ ਅਸਤੀਫੇ ਮੰਗੇ ਸੀ ਉਹਨਾਂ ਨੇ ਕਿ ਜਿਨ੍ਹਾਂ ਨੇ ਵੀ ਅਕਾਲੀ ਦਲ ਆਪਣੇ ਨਾਂ ਨਾਲ ਲਾਇਆ ਹੋਇਆ ਉਹ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਸਤੀਫੇ ਦੇ ਜਾਣ। ਔਰ ਅਸੀਂ ਲੰਬੀ ਚੋੜੀ ਉਸ ਵੇਲੇ ਦੀ ਕਹਾਣੀ ਵਾਲੇ ਪਾਸੇ ਨਹੀਂ ਜਾਂਦੇ। ਅਸਤੀਫੇ ਸਬੰਧੀ ਤੋਂ ਇਹ ਅਕਾਲੀ ਦਲ ਦਾ ਪੁਨਰਗਾਠਨ ਹੋਇਆ ਉਸ ਨੂੰ ਅਕਾਲੀ ਦਲ ਨੇ ਫੇਰ ਵੀ ਸਾਰਤਾ ਫੇਰ ਅਕਾਲੀ ਦਲ ਖਖੜੋ ਖਖੜੀ ਹੋ ਗਿਆ ਤੇ ਅਕਾਲੀ ਦਲ ਜਿਸ ਨਾਲ ਖਖੜੋ ਖਖੜੀ ਹੋ ਗਿਆ ਤੇ ਸਾਰੇ ਅਕਾਲੀ ਧੜੇ ਫੇਰ ਗੁਨਾਹਗਾਰ ਨੇ ਨਾ ਜੀ ਸਮੇਤ ਬਾਦਲ ਦੇ ਸਾਰੇ ਗੁਨਾਹਗਾਰ ਨੇ ਫੇਰ ਉਸ ਤੋਂ ਬਾਅਦ ਇੱਕ ਯਤਨ ਹੋਇਆ ਮੈਂ ਕਿਉਂਕਿ ਇਹ ਪਛਤਾਪ ਵਾਲੀ ਗੱਲ ਤੇ ਆਉਣਾ ਚਾਹੀਦਾ ਕਿ ਕਿੰਨੇ ਕੁ ਅੰਨਾਂ ਦੇ ਗੁਨਾਹ ਤੁਸੀਂ ਮਾਫ ਕਰੋਗੇ ਮੈਂ ਉਹ ਹਿਸਟਰੀ ਤੁਹਾਨੂੰ ਦੱਸਣਾ ਚਾਹੁੰਦਾ ਫਿਰ ਦੂਸਰੇ ਪਾਸੇ ਆ ਗਏ ਜੀ ਅਪ੍ਰੈਲ 1995 ਚ ਤਲਵੰਡੀ ਸਾਬੋ ਵਿੱਚ ਇਹ ਅਕਾਲੀ ਦਲ ਦੇ ਸਮਾਗਮ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਕਿਹਾ ਬਈ ਲੋੜ ਆਣ ਪਈ ਹੈ ਸਾਰੇ ਅਕਾਲੀ ਤੜੇ ਇਕੱਠੇ ਹੋਣ ਠੀਕ ਆ ਨਾ ਜੀ ਤੇ ਉਹਨਾਂ ਨੇ ਜਨਵਰੀ ਅਪ੍ਰੈਲ 1995 ਤੋਂ ਬਾਅਦ ਇਹ ਸ਼ੋਰਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਗਠਨ ਕੀਤਾ ਹੋਇ ਇਸਤੀਫਾ ਲੈ ਕੇ ਉਹਦੇ ਵਿੱਚ ਵੀ ਸਾਰੇ ਤੇ ਧੜੇ ਸਾ ਚਾਮਲ ਸੀ ਹਾਲਾਂਕਿ ਬਾਦਲ ਸਾਹਿਬ ਨੇ ਉਦੋਂ ਆਪਣੇ 4-5000 ਸਾਥੀਆਂ ਸਮੇਤ ਟਾੜਵੀ ਬਣ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਈ ਸੀ ਪ੍ਰੋਫੈਸਰ ਮਨਜੀਤ ਸਿੰਘ ਜੀ ਦੇਲੇ ਅਸੀਂ ਬੜੀ ਛੇਤੀ ਗੱਲਾਂ ਭੁੱਲਦੇ ਪਏ ਆ ਸਾਂ ਬਾ ਬਾਦਲ ਪ੍ਰਕਾਸ਼ ਸਿੰਘ ਬਾਦਲ ਜੀ ਦਾ ਉਹਨਾਂ ਕਿਹਾ ਜਾ ਰਿਹਾ ਸਾਰਾ ਉਚਿਤ ਤੇ ਉਸ ਦੇ ਪਰਿਵਾਰ ਕੋਲ ਹੀ ਹਲੇ ਵੀ ਪ੍ਰਧਾਨਗੀ ਹੈ ਉਹ ਢੜ ਵੀ ਬਣ ਕੇ ਆਏ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਵੇਂ ਢੜ ਵੀ ਬਣ ਕੇ ਬਰਨਾਲਾ ਸਾਹਿਬ ਦਾ ਪੁੱਤਰ ਗਿਆ ਸੀ ਇੱਕੋ ਜੇ ਕਰਮ ਨੇ ਸਾਰਿਆਂ ਦੇ ਕੋਈ ਅੱਡੋ ਅੱਡ ਨਹੀਂ ਜੇ ਹੈ ਗਿਆ ਇਹ ਕਰਮ ਉਸ ਵੇਲੇ ਦੀ ਸਾਰੀ kia ਕਿਰਿਆ ਕਰਮ ਉਹ ਆ ਪੱਤਰਕਾਰ ਸਾਰੇ ਜਾਣਦੇ ਨੇ ਅੰਮ੍ਰਿਤਸਰ ਦੇ ਮੈਂ ਉਹ ਛੱਡਣਾ ਚਾਹੁੰਦਾ ਫਰ ਸ਼ਰਮਣੀਆ ਕਾਲੀਦਾਲ ਅੰਮ੍ਰਿਤਸਰ ਫੌਰਮੇ ਚ ਆਇਆ ਉਹ ਸ਼ਰਮਣੀਆ ਕਾਲੀਦਾਲ ਅੰਮ੍ਰਿਤਸਰ ਵਿੱਚ ਵੀ ਇਹ ਸਾਰੇ ਇਕੱਠੇ ਸੀ ਉਹਨੂੰ ਤੋੜ ਕੇ ਖਖੜੋ ਖਖੜੀ ਹੋ ਗਏ ਕਿੰਨੀ ਕੁ ਆ ਰਹੀ ਤੁਸੀਂ ਪਛਤਾਪ ਇਹਨਾਂ ਦੇ ਸਹੀ ਜਾਓਗੇ ਬਈ ਰੱਬ ਵੀ ਕਹਿੰਦੇ ਨੇ ਗੁਨਾਹਾਂ ਦੀ ਇੱਕ ਮਾਫੀ ਦੇਂਦਾ ਦੋ ਦੇਂਦਾ ਤਿੰਨ ਦੇਂਦਾ ਐ ਤਾਂ ਮਾਤ ਨੂੰ ਚਾਰ ਤਾਂ ਹੋਣੀ ਹੀ ਨਾ ਆਤੀਆਂ ਤੇ ਪੰਜਵੀਂ ਝੂਣ ਖੜੇ ਨੇ ਆ ਖਖੜੋ ਖਖੜੀ ਹੋ ਗਏ ਉਹᱫੋ ਫਿਰ ਬਾਦਲ ਸਾਹਿਬ ਆਪਣਾ ਥਾੜਾ ਅੱਡ ਲੈ ਕੇ ਖੜੇ ਨੇ ਉਦੋਂ ਦੇ ਖੜੇ ਨੇ ਜੀ ਫਿਰ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਐਸਜੀਪੀਸੀ ਦੀ ਤੋੜਪਾਨ ਕੀਤੀ ਤੁਸੀਂ ਆ ਦੇਖੋ ਜੇ ਅਸੀਂ ਦੂਸਰੇ ਤਰੀਕੇ ਨਾਲ ਦੇਖੀ ਆ ਮੈਂ ਕੱਲ ਕਿਹਾ ਸੀ ਕਿ ਅਕਾਲੀ ਦਲ ਹਮੇਸ਼ਾ ਆਪਣੇ ਬਚਾ ਲਈ ਐਸਜੀਪੀਸੀ ਨੂੰ ਤੇ ਅਕਾਲ ਤਖਤ ਸਾਹਿਬ ਨੂੰ ਢਾਲ ਬਣਾ ਕੇ ਵਰਤਦਾ ਤੇ ਫਿਰ ਅਕਾਲੀ ਦਲ ਹੀ ਇਹ ਆਪਣਾ ਐਸਜੀਪੀਸੀ ਨੂੰ ਤੇ ਅਕਾਲ ਤਖਤ ਸਾਹਿਬ ਨੂੰ ਢੇਡੇ ਚ ਵੱਖੀ ਚ ਛੁਰਾ ਮਾਰ ਕੇ ਆਸੇ ਹੋ ਜਾਂਦਾ ਹੁਣ ਮੈਂ ਤੁਹਾਨੂੰ ਉਹ ਵੀ ਕਿ ਨਾ ਦਿੰਦਾ ਕਿਉਂਕਿ ਫੈਸਲਾ ਕਰਨਾ ਅਕਾਲ ਤਖਤ ਸਾਹਿਬ ਨੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਕਿਸ ਹਾਲਾਤੀ ਚ ਹਟਾਇਆ ਗਿਆ ਸਾਰਾ ਪੰਥ ਜਾਣਦਾ ਪ੍ਰੋਫੈਸਰ ਮਨਜੀਤ ਸਿੰਘ ਨੂੰ ਕਿਵੇਂ ਜਲੀਲ ਕਰਕੇ ਹਟਾਇਆ ਗਿਆ ਸਾਰਾ ਪੰਥ ਕਿੰਨੇ ਹਟਾਇਆ ਅਕਾਲੀ ਦਲ ਵਾਲਿਆਂ ਨੇ ਹਟਾਇਆ ਨਾ ਜੀ ਪ੍ਰਵਾਸ ਅਵਰਸ਼ਨ ਸਿੰਘ ਨੂੰ ਹੀ ਅਕਾਲੀ ਦਲ ਵਾਲਿਆਂ ਨੇ ਹਟਾਇਆ ਫਿਰ ਭਾਈ ਰਣਜੀਤ ਸਿੰਘ ਜੀ ਨੂੰ ਕਿਸ ਕਿਸ ਨੇ ਹਟਾਇਆ ਜਲੀਲ ਕਰਕੇ ਭਾਈ ਰਣਜੀਤ ਸਿੰਘ ਜੀ ਦਾ ਕੀ ਦੋਸ਼ ਸੀ ਉਹਨਾਂ ਨੇ ਜਨਵਰੀ 1999 ਚ ਹੁਕਮਨਾਮਾ ਹੀ ਕੀਤਾ ਸੀ ਨਾ ਕਿ ਘਟੋ ਘਟ 15 ਅਪ੍ਰੈਲ 1999 ਤੱਕ ਵਿਸਾਖੀ ਤੱਕ ਕੋਈ ਵੀ ਅਕਾਲੀ ਧੜਾ ਇੱਕ ਦੂਜੇ ਤੇ ਦੂਸ਼ਣ ਨਾ ਲਾਏ ਇੱਕ ਦੂਜੇ ਦੇ ਖਿਲਾਫ ਕੰਮ ਨਾ ਕਰੇ ਇਕਤਾ ਪ੍ਰਗਟ ਕਰੋ ਸਹੀ ਕਿਹਾ ਸੀ ਜੱਥੇਦਾਰ ਰਣਜੀਤ ਸਿੰਘ ਨੇ ਬਾਦਲਾ ਨੂੰ ਗੱਲ ਪਸੰਦ ਨਹੀਂ ਆਈ ਇਸ ਕਦਰ ਜਲੀਲ ਕਰਕੇ ਉਹਨੂੰ ਬਾਹਰ ਕੱਢਿਆ ਗਿਆ ਅਸੀਂ ਐਨੀ ਛੇਤੀ ਨਾ ਭੁੱਲੇ ਛਿਕ ਸਮਾਜ ਆ ਭੁੱਲਣ ਦੀ ਆਦਤ ਛੱਡੋ ਤਾਂ ਹੀ ਮੈਂ بار بار ਤੁਹਾਨੂੰ ਕਹਿ ਰਿਹਾ ਤੁਹਾਡਾ ਨੈਰੇਟਿਵ ਹੀ ਖਤਮ ਕਰ ਤੁਹਾਡੀ ਸੋਚ ਖਤਮ ਕਰ ਦਿੱਤੀ ਗਈ ਹੈ ਨਸ਼ੇੜੀ ਬਣਾ ਕੇ ਫਿਰ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ ਗਿਆਨੀ ਪੂਰਨ ਸਿੰਘ ਨਾਲ ਕੀ ਕੀਤਾ ਇਹਨਾਂ ਨੇ ਜਾ ਜਾਂਦਾ ਉਹਨੂੰ ਤਾਂ ਚੱਪਲ ਵੀ ਨਹੀਂ ਸੀ ਪਾਣ ਦਿੱਤੀ ਠੀਕ ਆ ਨਾ ਜੀ ਆ ਰਿਕਾਰਡ ਰਿਹਾ ਜੀ ਜਿਸ ਵੇਲੇ ਹੁਣ ਫੇਰ ਉਸ ਤੋਂ ਬਾਅਦ ਆ ਦੇਖ ਲਓ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਤਨਖਾਹਿਆ ਕਿਵੇਂ ਕਰਾਰ ਦਵਾਇਆ ਗਿਆ ਸਾਡੇ ਸਾਹਮਣੇ ਆ ਸਾਰੀਆਂ ਚੀਜ਼ਾਂ ਤੇ ਐਸੇ ਪਰਿਵਾਰ ਨੇ ਸਾਰੇ ਕਾਂਡ ਕੀਤੇ ਚਾਰ ਦੋਸ਼ ਉਹ ਵੀ ਸ਼ਾਮਲ ਕਰ ਲੋ ਚਾਰ ਪੰਜ ਦੋਸ਼ ਆ ਸਿੰਘ ਸਾਹਿਬਾਨਾਂ ਵਾਲੇ ਵੀ ਸ਼ਾਮਲ ਕਰ ਲੋ ਤੇ ਫੇਰ ਕਹਿ ਰਿਹਾ ਕਿ ਮੈਂ ਪਛਤਾਪ 17 ਅਕਤੂਬਰ 2015 ਨੂੰ ਕਰ ਦਿੱਤਾ ਸੀ ਤੇ ਉਹਦਾ ਕੋਈ ਰਿਕਾਰਡ ਨਹੀਂ ਹੈਗਾ ਅਕਾਲ ਤੱਕ ਸਾਥ ਤੇ ਐਨਆਈਚੋ ਕਿਸੇ ਵੀ ਜੱਥੇਦਾਰ ਕੋਲ ਨਹੀਂ ਹੈਗਾ ਤੇ ਇਸ ਲਈ ਗੱਲ ਬੜੇ ਟਿਕਾਣੇ ਤੇ ਆ ਗਈ ਜੇ ਹੁਣ ਚੰਗੀ ਗੱਲ ਹੋਈ ਹੈ ਕਿ ਲੀਕੇਜ ਹੋਈ ਹੈ ਮਾਤਾ ਕਾਂਦਾ ਪੰਥ ਦੇ ਹੀਤੀ ਚੋਈ ਹੈ ਭਲੇ ਚੋਈ ਹੈ ਹੁਣ ਜੱਥੇਦਾਰਾਂ ਨੂੰ ਹੀ ਫੇਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਬਤੌਰ ਤੁਹਾਡੇ ਤੇ ਬੜੇ ਦੂਸ਼ਣ ਲੱਗ ਗਏ ਜੀ ਤੁਹਾਨੂੰ ਪੁਜਾਰੀ ਵੀ ਕਿਹਾ ਜਾਂਦਾ ਤੁਹਾਨੂੰ ਬਾਦਲਾਂ ਦਾ ਮਨਮਨ ਸ਼ਬਦ ਵਿੱਚ ਇਸਤੇਮਾਲ ਕਰਨਾ ਚਾਹੁੰਦਾ ਕਿ ਗੁਲਾਮ ਕਿਹਾ ਜਾਂਦਾ ਗੁਲਾਮ ਕਿਹਾ ਹਾਂ ਠੀਕ ਆ ਨਾ ਜੀ ਹਰ ਦੁਸ਼ਣ ਤੋਂ ਤੁਸੀਂ ਮੁਕਤ ਹੋ ਸਕਦੇ ਹੋ ਆਪਣੀ ਜਥੇਦਾਰੀ ਕਾਇਮ ਕਰਕੇ ਜਥੇਦਾਰੀ ਇੱਕੋ ਵਾਰ ਹੀ ਮਿਲਣੀ ਏ ਸਾਬਕਾ ਜਥੇਦਾਰ ਤਾਂ ਪੂਰੀ ਉਮਰ ਰਹੂਗੇ ਬੜੇ ਰਹੇ ਨੇ ਔਰ ਜੇ ਤੁਸੀਂ ਅੱਜ ਜਥੇਦਾਰੀ ਦਿਖਾ ਕੇ ਸਾਬਕਾ ਬਣੋਗੇ ਤੇ ਤੁਹਾਡੇ ਖਾਨਦਾਨ ਤੁਹਾਡੀਆਂ ਨਸਲਾਂ ਤੁਹਾਡੇ ਤੇ ਫਖਰ ਕਰਨਗੀਆਂ ਕਿ ਸਾਡੇ ਪੀਤਰਾ ਨੇ ਆ ਕੰਮ ਕੀਤਾ ਸੀ ਔਰ ਜੇ ਤੁਸੀਂ ਗੁਲਾਮ ਬਣ ਕੇ ਪੁਜਾਰੀ ਬਣ ਕੇ ਤੇ ਉਹਨਾਂ ਦੇ ਲਿਫਾਫਿਆਂ ਚੋਂ ਹੀ ਗੱਲਾਂ ਕੱਢੀ ਜਾਓਗੇ ਤੇ ਫਿਰ ਤੁਹਾਨੂੰ ਪੰਥ ਮਾਫ ਨਹੀਂ ਕਰੇਗਾ ਫਸਲਾ ਤਾਂ ਤੁਸੀਂ ਕਰਨਾ ਤੁਹਾਡੇ ਵੇਲੇ ਚਾਹੇ ਸਰਦਾਰ ਸਾਹਿਬ ਇੱਥੇ ਮੈਂ ਇੱਕ ਗੱਲ ਤੁਹਾਡੇ ਨਾਲ ਹੋਰ ਕਰਨੀ ਚਾਹੁੰਦਾ ਤੁਸੀਂ ਪੁਰਾਣੀਆਂ ਗੱਲਾਂ ਵਿੱਚ ਬਹੁਤ ਵਧੀਆ ਢੰਗ ਦੇ ਨਾਲ ਸਾਨੂੰ ਰਸਤਾ ਦਿਖਾਇਆ ਤੁਹਾਡੇ ਧਿਆਨ ਵਿੱਚ ਹੋਏਗਾ ਜਦੋਂ ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਨਾਲ ਜਰਨਲ ਹਾਊਸ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਦਾ ਵਿਵਾਦ ਹੋਇਆ ਸੀ ਔਰ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਆਇਆ ਸੀ ਜੀ ਉਸ ਵੇਲੇ ਪ੍ਰੋਫੈਸਰ ਦਰਸ਼ਨ ਸਿੰਘ ਦੇ ਬਾਰੇ ਵਿੱਚ ਇਹ ਗੱਲ ਕਹੀ ਗਈ ਸੀ ਕਿਉਂਕਿ ਇਹ ਖੁਦ ਇਸ ਵਿਵਾਦ ਦਾ ਹਿੱਸਾ ਨੇ ਇਸ ਕਰਕੇ ਬਤੌਰ ਜਥੇਦਾਰ ਅਕਾਲ ਤਖਤ ਇਹ ਕੋਈ ਵੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਣਗੇ। ਪੰਚ ਸਿੰਘ ਸਹਿਬਾਨ ਦੀ ਮੀਟਿੰਗ ਦੇ ਵਿੱਚ ਵੀ ਨਹੀਂ ਬੈਠਣਗੇ। ਉਸ ਵੇਲੇ ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਕੇਸਕਰ ਸਾਹਿਬ ਦੇ ਜਥੇਦਾਰ ਸਨ, ਉਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਕੁਝ ਸਮੇਂ ਵਾਸਤੇ ਚਾਰਜ ਦਿੱਤਾ ਗਿਆ ਸੀ ਔਰ ਉਹਨਾਂ ਨੇ ਦੋਵਾਂ ਤਰ੍ਹਾਂ ਦੀ ਗੱਲ ਨੂੰ ਸੁਣਿਆ ਸੀ। ਜੀ। ਹੁਣ ਅੱਜ ਚੋ ਕੀ ਹਾਲਾਤ ਫੇਰ ਉਹੀ ਜਿਹੇ ਬੰਦੇ ਪਏ ਨੇ। ਅਕਾਲ ਤਖਤ ਦਾ ਜਥੇਦਾਰ ਚਿੱਠੀ ਲੀਕ ਮਾਮਲੇ ਵਿੱਚ ਖੁਦ ਕਟਹਿਰੇ ਵਿੱਚ ਖਲੋਤਾ ਹੈ। ਨਹੀਂ ਮੁਆਫੀ ਵਾਲੇ ਏ ਉਸ ਹੁਕਮਨਾਮੇ ਤੇ ਵੀ ਉਹਦੇ ਦਸਤਾਖਤ ਨਹੀਂ ਮਾਫੀ ਵਾਪਸੀ ਦੇ ਹੁਕਮਨਾਮੇ ਤੇ ਵੀ ਦਸਤਖਤ ਨਹੀਂ ਕੀ ਗਿਆਨੀ ਰਕबीर ਸਿੰਘ ਨੂੰ ਇਸ ਮਾਮਲੇ ਦੀ ਸੁਣਵਾਈ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਪਰੰਪਰਾ ਦੇ ਹਿਸਾਬ ਨਾਲ ਪਰੰਪਰਾ ਦੇ ਹਿਸਾਬ ਨਾਲ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਆਪਸੇ ਹੱਲ ਜਾਣਾ ਚਾਹੀਦਾ ਤੁਸੀਂ ਹੁਣ ਕੋਈ ਅਗਲੀ ਭਵਿੱਖਬਾਣੀ ਕਰਨਾ ਚਾਹੁੰਦੇ ਹੋ ਭਵਿੱਖਬਾਣੀ ਕੋਈ ਨਹੀਂ ਹੈ ਜੀ ਹੰਤ ਦੇ ਕਾਂਦ ਤੇ ਲਿਖ ਦਿੱਤਾ ਗਿਆ ਕਿ ਖਾਲਸਾ ਤੇਰੇ ਨਾਲ ਸਾਜ਼ਿਸ਼ਾਂ ਹੋ ਰਹੀਆਂ ਨੇ ਤੇਰੀ ਵਖੀ ਵਿੱਚ ਤੇਰੀ ਹੀ ਕਿਰਪਾਨ ਖੁਬੋਈ ਜਾ ਰਹੀ ਹੈ ਤੇ ਉਸ ਵਿੱਚ ਹੱਥ ਵੀ ਸਾਰੇ ਤੇਰੇ ਖਾਲਸਿਆਂ ਦੇ ਹੀ ਨੇ ਤੇ ਉਸ ਹੱਥਾਂ ਨਾਲ ਅਕਾਲ ਤਖਤ ਸਾਹਿਬ ਤੇ ਬਿਰਾਜਮਾਨ ਸਿੰਘ ਸਾਹਿਬਾਨ ਦਾ ਹਾਨ ਵਾਲੇ ਕਿਉਂ ਖਿਚੜੀ ਹੋ ਚੁੱਕੇ ਨੇ ਤੇ ਹੁਣ ਜੇ ਤੂੰ ਬਚਣਾ ਤੇ ਬਚਲਾ ਨੇ ਤਾਂ ਰਿਜ਼ਲਟ ਤੇਰੇ ਸਾਹਮਣੇ ਆ ਕਬੜੀ ਸਪਸ਼ਟ ਗੱਲ ਇਹ ਸੰਵੇਦਨਸ਼ੀਲ ਮਾਮਲਾ ਹੈ ਜਿਹੜਾ ਕਿ ਇਸ ਵਕਤ ਅਸੀਂ ਵਿਚਾਰ ਕਰਦੇ ਪਏ ਹਾਂ ਸਮਾਂ ਹੀ ਜਾਸਤ ਨਹੀਂ ਦਿੰਦਾ ਗੱਲਾਂ ਤਾਂ ਬਹੁਤ ਕਰਨ ਵਾਲੀਆਂ ਨੇ ਸਾਡਾ ਸਵਾਲ ਸਿਰਫ ਇਹੀ ਹੈ ਕਿ ਉਹ ਚਿੱਠੀ ਆਖਰਕਾਰ ਨਿੱਜੀ ਚੈਨਲ ਤੱਕ ਪਹੁੰਚੀ ਕਿਵੇਂ ਪੌਣ ਜਵਾਬ ਦੇ ਆ ਉਹਦਾ ਸੁਖਬੀਰ ਸਿੰਘ ਬਾਦਲ ਗਿਆਨੀ ਰਗਵੀਰ ਸਿੰਘ ਸਕਤਰੇਤ ਅਕਾਲ ਤਖਤ ਦਾ ਸਟਾਫ ਜਾਂ ਕੋਈ ਹੋਰ ਸਰਦਾਰ ਰਤਿੰਦਰਪਾਲ ਸਿੰਘ ਜੀ ਨੇ ਵੀ ਇੱਕ ਕੱਲ ਕਹੀ ਹੈ ਔਰ ਜਿਹੜੇ ਲੋਕਾਂ ਦਾ ਨਾਮ ਸਾਹਮਣੇ ਆ ਰਿਹਾ ਉਹਨਾਂ ਨੂੰ ਖੁਦ ਹੀ ਪੰਥ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਸਪਸ਼ਟ ਕਰਨਾ ਚਾਹੀਦਾ ਹੈ ਕਿ ਇਹ ਸਾਰਾ ਕੁਝ ਇਸ ਤਰ੍ਹਾਂ ਵਪਰੀਆ ਸਰਦਾਰ ਸਾਹਿਬ ਨੇ ਕੱਲ ਹੀ ਕਲ ਕਹੀ ਸੀ ਉਹ ਅੱਜ ਸੱਚ ਸੰਭਤ ਹੋਈ ਹੈ ਚਿੱਠੀ ਦੀ ਪਚਾਉਣਾ ਚਾਹੀਦਾ ਤਾਂ ਇਹ ਸੀ ਕਿ ਗਿਆਨੀ ਰਗਵੀਰ ਸਿੰਘ ਕੱਲ ਹੀ ਪੰਜ ਸਿੰਘ ਸਾਹਿਬਾਨ ਨੂੰ ਸੱਦਦੇ ਤੇ ਉਹਨਾਂ ਦੇ ਸਾਹਮਣੇ ਚਿੱਠੀ ਲੈ ਕੇ ਮੌਕੇ ਦੇ ਉੱਤੇ ਹੀ ਉਸ ਦੇ ਬਾਰੇ ਵਿੱਚ ਕੋਈ ਫੈਸਲਾ ਲੈਂਦੇ ਮੈਂ ਤੇ ਦੋਨੋਂ ਵਿੱਚ ਰੋਕ ਰਿਆਂ ਜਿਸ ਵੇਲੇ ਬਾਗੀ ਤੜਾ ਆਇਆ ਆਪਣੇ ਆਪ ਦਾ ਸਵੈ ਸੰਗਿਆਨ ਲੈ ਕੇ ਕਿ ਭਈ ਅਸੀਂ ਕੋ ਕਰਮੀ ਆ ਸਾਡੇ ਤੋਂ ਅਸੀਂ ਦੋਸ਼ੀ ਆ ਠੀਕ ਆ ਨਾ ਜੀ ਉਹਨਾਂ ਦੀ ਉਸ ਚਿੱਠੀ ਨੂੰ ਲੈ ਕੇ ਉਹਨਾਂ ਨੇ 2 ਘੰਟਿਆਂ ਵਿੱਚ ਉਹ ਪੱਤਰਕਾਰਾਂ ਨੂੰ ਦੇਤੀ ਜੀ ਆ ਤੇ ਆਹ ਚਿੱਠੀ ਕਿਉਂ ਕੋਈ ਮਾਤਾ ਸਾਜਿਸ਼ਾ ਤੁਈ ਮੰਮਾਨ ਇਹ ਗੱਲ ਜਨਤਕ ਹੋਣੀ ਚਾਹੀਦੀ ਹੈ ਕਲੀਅਰ ਹੋਣੀ ਚਾਹੀਦੀ ਹੈ ਔਰ ਮੈਂ ਪੰਥ ਦੇ ਵਿਦਵਾਨਾਂ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਦਾ ਸ੍ਰੀ ਅਕਾਲ ਤਖਸਾਲ ਸਾਹਿਬ ਦੇ ਵਿਧੀ ਵਿਧਾਨ ਜਥੇਦਾਰ ਦੀ ਨਿਯੁਕਤੀ ਸੇਵਾ ਮੁਕਤੀ ਕਾਰਜਕਾਲ ਕਾਰਜ ਖੇਤਰ ਕੁਝ ਵੀ ਕਲਮਬੱਧ ਨਹੀਂ ਹੈ ਸ੍ਰੀ ਅਕਾਲ ਤਖਸਾਲ ਸਾਹਿਬ ਤੋਂ ਪੇਸ਼ੀ ਦਾ ਵਿਧਾਨ ਵੀ ਹੋਣਾ ਚਾਹੀਦਾ ਸ੍ਰੀ ਅਕਾਲ ਤਖਸਾਲ ਸਾਹਿਬ ਤੇ ਰਿਕਾਰਡ ਮੈਂ ਸਰਦਾਰ ਸਾਹਿਬ ਮਾਫੀ ਸਹਿਤ ਗੱਲ ਕਰਨੀ ਚਾਹੁੰਦਾ ਵੈਸੇ ਤਾਂ ਇਹ ਪ੍ਰੋਗਰਾਮ ਸਮਾਪਤੀ ਵੱਲ ਜਾ ਰਿਹਾ ਠੀਕ ਹੈ ਨਾ ਇੱਕ ਗੱਲ ਜਿਹੜੀ ਕਿ ਮੈਨੂੰ ਲੱਗਦਾ ਹੈ ਜ਼ਰੂਰ ਹੋਣੀ ਚਾਹੀਦੀ ਹੈ ਕਿ ਅਕਾਲ ਤਖਸਾਲ ਸਾਹਿਬ ਤੇ ਅਕਾਲ ਤਖਸਾਲ ਸਾਹਿਬ ਦਾ ਰਿਕਾਰਡ ਹੀ ਸੁਰੱਖਿਅਤ ਨਹੀਂ ਹੈ ਪਿਛਲਾ ਕੋਈ ਰਿਕਾਰਡ ਹੈ ਹੀ ਨਹੀਂ ਜੀ ਔਰ ਇਹ ਸਭ ਨੂੰ ਬਚਾਉਣ ਦੀ ਲੋੜ ਹੈ ਅਗਲੀਆਂ ਪੀੜ੍ਹੀਆਂ ਜਿਹੜੀਆਂ ਧਰਮ ਤੋਂ ਬਾਗੀ ਹੋ ਰਹੀਆਂ ਉਹ ਇਹਨਾਂ ਗੱਲਾਂ ਕਰਕੇ ਹੀ ਬਗਾਵਤ ਕਰਨਗੀਆਂ ਕਿ ਤੁਸੀਂ ਮਨਮਰਜ਼ੀ ਦੇ ਫੈਸਲੇ ਲੈਂਦੇ ਹੋ। ਗਿਆਨੀ ਰਗबीर ਸਿੰਘ ਜੀ ਸਾਡੇ ਬਹੁਤ ਸਤਿਕਾਰਯੋਗ ਨੇ। ਬੜੇ ਅਜ਼ੀਜ਼ ਨੇ, ਬਹੁਤ ਨੇਕ ਇਨਸਾਨ ਨੇ ਪਰ ਤੌਰ ਜੱਥੇਦਾਰ ਉਹਨਾਂ ਦੀ ਕਾਰਜ ਸ਼ੈਲੀ ਜਿਹੜੀ ਹੈ ਉਹਦੇ ਤੇ ਪ੍ਰਸ਼ਨ ਚਿੰਨ ਲੱਗ ਰਿਹਾ। ਤੇ ਹੁਣ ਉਸ ਪ੍ਰਸ਼ਨ ਚਿੰਨ ਦਾ ਜਵਾਬ ਦੇਣਾ ਸਾਡਾ ਕੰਮ ਨਹੀਂ ਚਤਿਹਦਾਰ ਸਾਹਿਬ ਦਾ ਕੰਮ ਹੈ ਬਤੌਰ ਸਿਕ ਮੀਡੀਆ ਅਸੀਂ ਚਾਹਦੇ ਸਾਂ ਕਿ ਇਸ ਮਸਲੇ ਦੇ ਉੱਤੇ ਘੱਟ ਤੋਂ ਘੱਟ ਗੱਲ ਕੀਤੀ ਜਾਵੇ ਕਿਉਂਕਿ ਪੰਥ ਦੀ ਗੱਲ ਹੈ ਲੇਕਿਨ ਅਫਸੋਸ ਦੀ ਗੱਲ ਹੈਗੀ ਹੈ ਕਿ ਜਦੋਂ ਪੰਥ ਦੀ ਗੱਲ ਕਰਦੇ ਆਂ ਪੰਥ ਦੀ ਬਾਤ ਪਾਉਂਦੇ ਆਂ ਤਾਂ ਇਹ ਸਾਰੀਆਂ ਗੱਲਾਂ ਉੱਪਰ ਕਿ ਆਪਣੇ ਆਪ ਹੀ ਸਾਹਮਣੇ ਆ ਜਾਂਦੀਆਂ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਸਾਡੇ ਸੁਪਰੀਮ ਅਕਾਲ ਤਖਤ ਵੀ ਸੁਰੱਖਿਅਤ ਨਹੀਂ ਹਾਂ ਕੱਲ ਇੱਕ ਨਵੇਂ ਮੁੱਦੇ ਨਾਲ ਇੱਕ ਵਾਰ ਫੇਰ ਤੁਹਾਨੂੰ ਖਿੱਚ ਲਿਆਂਗਾ ਜਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ